ਤੇ ਫਿਰ ਥੋੜਾ ਮੇਰੇ ਦਿਲ ਨੂੰ ਖਟਕ ਜੀ ਪਈ ਕਿ ਇਹ ਕੀ ਬੋਲਿਆ ਗਿਆ ਮੈਨੂੰ ਦੁਬਾਰਾ ਸੁਣਾ ਤੇ ਉਹ ਘੱਟ ਤੋਂ ਘੱਟ ਤੁਸੀਂ ਯਕੀਨ ਮੰਨੋ ਮੈਂ 25 30 ਵਾਰੀ ਉਹਨੂੰ ਬੈਕ ਕਰ ਕਰਕੇ ਸੁਣਿਆ ਕਿ ਸ਼ਾਇਦ ਕਿਤੇ ਮੈਂ ਹੀ ਗਲਤ ਹੋਵਾਂ ਸ਼ਾਇਦ ਕਿਸੇ ਹੋਰ ਮਸਲੇ 'ਚ ਕਿਹਾ ਗਿਆ ਹੋਵੇ ਹੈਨਾ ਜਸਨੂਰ ਮੈਨੂੰ ਇਹ ਵੀ ਤੁਸੀਂ ਦੱਸ ਰਹੇ ਸੀ ਕਿ ਜਿਸ ਗਾਇਕਾ ਨੇ ਉਹ ਗੀਤ ਗਾਇਆ ਉਹ ਤੁਹਾਡੀ ਰਿਸ਼ਤੇਦਾਰੀ ਦੇ ਵਿੱਚ ਤੁਸੀਂ ਦੇਖ ਲਓ ਇੱਕ ਗਾਣੇ ਨੂੰ ਪਰਫਾਰਮ ਕਰਨੇ ਵਾਸਤੇ 4 4 5 5 ਦਿਨ ਲੱਗ ਜਾਂਦੇ ਨੇ ਤੇ ਉਹਨਾਂ ਨੂੰ ਇਹ ਚੀਜ਼ ਦੀ ਸਮਝ ਨਹੀਂ ਆਈ ਵੀ ਅਸੀਂ ਇਹ ਕੀ ਬੋਲ ਰਹੇ ਹਾਂ ਤੇ ਕਿਹੜੀ ਚੀਜ਼ ਤੇ ਪਰਫਾਰਮ ਕਰ ਰਹੇ ਹਾਂ ਤੁਸੀਂ ਅੱਲਾ ਪਾਕ ਦਾ ਨਾਮ ਲੈ ਕੇ ਤੁਸੀਂ ਪਕੰਬਰਾਂ ਦਾ ਨਾਮ ਲੈ ਕੇ ਤੁਸੀਂ ਕਾਲੀ ਕਮਲੀ ਵਾਲੇ ਦਾ ਨਾਮ ਲੈ ਕੇ ਦਰਬਾਰਾਂ ਤੋਂ ਦਰਬਾਰਾਂ ਤੋਂ ਢੇਰਾਂ ਦੇ ਢੇਰ ਨੋਟਾਂ ਦੇ ਚੱਕੇ ਲੈ ਕੇ ਆਉਨੇ ਆ ਫਿਰ ਜਦੋਂ ਕਾਲੀ ਕਮਲੀ ਵਾਲੇ ਦੇ ਨਾਮ ਤੇ ਉਹਨਾਂ ਦੀ ਤੋਹੀਨ ਕੀਤੀ ਜਾਂਦੀ ਹੈ ਫਿਰ ਤੁਹਾਡੀ ਜ਼ਮੀਰ ਕਿੱਥੇ ਮਰ ਜਾਂਦੀ ਹੈ ਫਿਰ ਜਦੋਂ ਮੈਨੂੰ ਇਹ ਕਲੀਅਰ ਹੋ ਗਿਆ ਕਿ ਹਾਂ ਇਹ ਚੀਜ਼ ਗਲਤ ਆ ਮੇਰੇ ਮੁਸਲਿਮ ਸਮਾਜ ਦੇ ਲੋਕ ਮੈਂ ਗਲਤ ਹੋ ਸਕਦੀਆਂ ਇੱਕ ਹੋਰ ਬੰਦਾ ਗਲਤ ਹੋ ਸਕਦਾ ਤੀਜਾ ਗਲਤ ਹੋ ਸਕਦਾ ਸਾਰਾ ਸਮਾਜ ਤਾਂ ਨਹੀਂ ਨਾ ਗਲਤ ਹੋ ਸਕਦਾ ਇਸ ਤਰ੍ਹਾਂ ਦੇ ਮਾਮਲੇ ਨੂੰ ਰੋਕਣਾ ਹੋਵੇ ਤਾਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਿਸ ਤਰੀਕੇ ਦਾ ਜਸਨੂਰ ਨੇ ਮਾਮਲਾ ਚੱਕਿਆ ਹੈ ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜੀ ਫੋਕੀ ਸ਼ੋਹਰਤ ਲੈਣ ਵਾਸਤੇ ਧਾਰਮਿਕ ਨਾਵਾਂ ਦਾ ਧਾਰਮਿਕ ਚੀਜ਼ਾਂ ਦਾ ਧਾਰਮਿਕ ਭਾਵਨਾਵਾਂ ਦਾ ਸਹਾਰਾ ਲੈਂਦੇ ਨੇ ਮੈਨੂੰ ਲੱਗਦਾ ਲਗਾਮ ਲੱਗੇਗੀ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਟ ਕੇ ਇਨਸਾਨੀਅਤ ਦੇ ਨਾਤੇ ਠੀਕ ਹੈ ਕਿਉਂਕਿ ਅਸੀਂ ਮੁਸਲਿਮ ਭਾਈਚਾਰੇ ਦੇ ਵਿੱਚੋਂ ਅਗਰ ਅਸੀਂ ਕਿਸੇ ਹੋਰ ਧਰਮ ਦੇ ਬਾਰੇ ਕੋਈ ਵੀ ਸਾਡੇ ਵਿੱਚੋਂ ਅਗਰ ਕੋਈ ਬੋਲਦਾ ਤਾਂ ਮੈਂ ਇਸ ਚੀਜ਼ ਦੀ ਉਹ ਕਰਦਾ ਕਿ ਸਾਡੇ ਭਾਈਚਾਰੇ 'ਚ ਕੋਈ ਉਹਦਾ ਬੰਦੇ ਦਾ ਸਾਥ ਨਹੀਂ ਦੇਊਗਾ। ਸਲਾਮ ਨਮਸਤੇ ਸਤਿ ਸ਼ਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਕਾਸਿਫ ਫਾਰੂਕੀ। ਬੀਤੇ ਕੁਝ ਦਿਨਾਂ ਤੋਂ ਐਮੀ ਵਿਰਕ ਦੇ ਮਾਡਲਿੰਗ ਵਾਲੀ ਇੱਕ ਵੀਡੀਓ ਦੇ ਉੱਤੇ ਮੁਸਲਮਾਨ ਭਾਈਚਾਰੇ ਵੱਲੋਂ ਕੜਾ ਇਤਰਾਜ਼ ਆ ਜਿਹੜਾ ਉਹ ਜਤਾਇਆ ਜਾ ਰਿਹਾ ਹੈ। ਚਾਹੇ ਲੁਧਿਆਣੇ ਦਾ ਮਾਮਲਾ ਹੋਵੇ ਚਾਹੇ ਪਟਿਆਲੇ ਦਾ ਮਾਮਲਾ ਹੋਵੇ ਜਾਂ ਫਿਰ ਸ਼ਹਿਰ ਮਲੇਰਕੋਟਲੇ ਦੇ ਮੁਸਲਮਾਨਾਂ ਦੀ ਗੱਲ ਹੋਵੇ ਹਰ ਪਾਸੇ ਇਸ ਵੇਲੇ ਸੁਪਨਾ ਜਿਹੜੀ ਮੂਵੀ ਹੈਗੀ ਐ ਐਮੀ ਵਰਖ ਹੋਰਾ ਦੀ ਜਿਹੜੀ ਰਿਲੀਜ਼ ਕੀਤੀ ਗਈ ਸੀ ਉਸ ਦੇ ਵਿੱਚ ਇੱਕ ਗੀਤ ਆਉਂਦਾ ਹੈ ਕਬੂਲ ਹੈ ਕਬੂਲ ਹੈ ਉਸ ਦੇ ਵਿੱਚ ਵਿਵਾਦਿਤ ਬੋਲ ਨੇ ਜਿਹੜੇ ਉਹ Hazrat Muhammad Sahab ate Allah Pak ਦੀ ਸ਼ਾਨ ਦੇ ਵਿੱਚ ਬੋਲੇ ਗਏ ਨੇ ਸੋ ਉਹਨਾਂ ਬੋਲਾਂ ਦੇ ਉੱਤੇ ਇਹ ਮੁੱਦਾ ਮੁਸਲਮਾਨ ਭਾਈਚਾਰੇ ਦੀ ਨਜ਼ਰ ਦੇ ਵਿੱਚ ਲਿਆਉਣ ਵਾਲੇ ਸਾਡੇ ਨਾਲ ਜਸਨੂਰ ਨੇ ਮਜਵਾਲ ਦੇ ਰਹਿਣ ਵਾਲੇ ਨੇ ਸੰਗਰੂਰ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਇਹ ਸਵਾਲ ਉੱਠ ਰਹੇ ਨੇ ਉਹਨਾਂ ਤੇ ਵੀ ਬਹੁਤ ਜ਼ਿਆਦਾ ਕਿ ਕਈ ਸਾਲ ਹੋ ਗਏ ਜਾਂ ਕਈ ਮਹੀਨੇ ਤੋਂ ਬਾਅਦ ਜਦੋਂ ਫਿਲਮ ਰਿਲੀਜ਼ ਹੋ ਚੁੱਕੀ ਹੈ ਗੀਤ ਲੋਕ ਸੁਣ ਚੁੱਕੇ ਨੇ ਤਾਂ ਉਹਨਾਂ ਨੂੰ ਹੁਣ ਕਿਉਂ ਯਾਦ ਆਈ ਹੈ ਜਸਨੂਰ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਤੁਹਾਡਾ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਅੱਛਾ ਜਸਨੂਰ ਜੀ ਮੇਰਾ ਸਭ ਤੋਂ ਪਹਿਲਾ ਸਵਾਲ ਤੁਹਾਨੂੰ ਇਹ ਹੈ ਕਿ ਜਦੋਂ ਇਹ ਗੀਤ ਪਹਿਲੀ ਵਾਰ ਤੁਸੀਂ ਸੁਣਿਆ ਕਿਹੋ ਜੀ ਇਹ ਭਾਵਨਾਵਾਂ ਸੀ ਕਿਹੋ ਜੇ ਦਿਲ ਦੇ ਜਜ਼ਬਾਤ ਸੀ ਤੁਹਾਡੇ ਤੇ ਫਿਰ ਖੁਦ ਨੂੰ ਕਿਵੇਂ ਕੰਟਰੋਲ ਕੀਤਾ ਪਹਿਲੀ ਵਾਰੀ ਜਦੋਂ ਮੈਂ ਸੌਂਗ ਲਾਇਆ ਉਸ ਟਾਈਮ ਮੈਨੂੰ ਐਦਾਂ ਨਹੀਂ ਸੀ ਪਤਾ ਕਿ ਇਹਦੇ ਵਿੱਚ ਆਪਣੇ ਹਜ਼ਰਤ 에 ਰਸੂਲ ਨੇ ਜਿਹੜੇ ਆਪਣੇ ਮੁਹੰਮਦ ਮੁਸਤਫਾ ਉਹਨਾਂ ਦਾ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਹੋਵੇਗਾ ਜਾਂ ਅੱਲਾ ਦਾ ਜ਼ਿਕਰ ਕੀਤਾ ਗਿਆ ਹੋਵੇਗਾ ਮੈਂ ਬਸ ਅੱਛਾ ਲੱਗਿਆ ਮੈਨੂੰ ਮੈਂ ਸੌਂਗ ਓਪਨ ਕਰ ਲਿਆ ਤੇ ਸੌਂਗ ਮੈਂ ਸੁਣ ਰਹੀ ਆ ਤੇ ਉਹ ਜਦੋਂ ਉਹਦਾ ਲਾਸਟ ਅੰਤਰਾ ਆਇਆ ਨਾ ਤੇ ਫਿਰ ਥੋੜਾ ਮੇਰੇ ਦਿਲ ਨੂੰ ਖਟਕ ਜੀ ਪਈ ਕਿ ਇਹ ਕੀ ਬੋਲਿਆ ਗਿਆ ਮੈਨੂੰ ਦੁਬਾਰਾ ਸੁਣਾ ਤੇ ਉਹ ਘੱਟ ਤੋਂ ਘੱਟ ਤੁਸੀਂ ਯਕੀਨ ਮੰਨੋ ਮੈਂ 25 30 ਵਾਰੀ ਉਹਨੂੰ ਬੈਕ ਕਰ ਕਰਕੇ ਸੁਣਿਆ ਕਿ ਸ਼ਾਇਦ ਕਿਤੇ ਮੈਂ ਹੀ ਗਲਤ ਹੋਵਾਂ ਸ਼ਾਇਦ ਕਿਸੇ ਹੋਰ ਮਸਲੇ 'ਚ ਇਹ ਕਿਹਾ ਗਿਆ ਹੋਵੇ ਹੈਨਾ ਪਰ ਜਦੋਂ ਮੈਂ ਫੇਰ ਕੀ ਕੀਤਾ ਮੈਂ ਸੋਚਿਆ ਕਿ ਚਲੋ ਮੈਂ ਸਮਰਾਲੇ ਜਾਣੀ ਆ ਸਮਰਾਲੇ ਜਾ ਕੇ ਸਾਡੇ ਜਿਹੜੇ ਮੇਨ ਉੱਥੇ ਮੌਲਵੀ ਸਾਹਿਬ ਨੇ ਜਾਂ ਕੋਈ ਵੀ ਸਾਡੇ ਮੁ슬림 ਭਾਈਚਾਰੇ ਦੇ ਜਿਹੜੇ ਮੇਨ ਹਨ ਮਾਨਜੋਗ ਹੈਗੇ ਨੇ ਲੋਕ ਮੈਂ ਉਹਨਾਂ ਨੂੰ ਜਾ ਕੇ ਇਹ ਗਾਣਾ ਸੁਣਾਇਆ ਤੇ ਉਹ ਕਹਿੰਦੇ ਵੀ ਇਹ ਬਿਲਕੁਲ ਗਲਤ ਆ ਸਰਾਸਰ ਗਲਤ ਆ ਵੀ ਇਹ ਐਦਾਂ ਨਹੀਂ ਲਿਖਿਆ ਜਾਣਾ ਚਾਹੀਦਾ ਸੀ ਹਨਾ ਫਿਰ ਫਿਰ ਮੇਰੀ ਤਸੱਲੀ ਨਹੀਂ ਹੋਈ ਤੇ ਫਿਰ ਮੈਂ ਮਰੇਲ ਕੋਟਲਾ ਜਾ ਕੇ ਜਿਹੜੇ ਸਾਡੇ ਇੱਥੇ ਮੁਫਤੀ ਸਾਹਿਬ ਨੇ ਪੰਜਾਬ ਦੇ ਮੈਂ ਉਹਨਾਂ ਕੋਲ ਆ ਕੇ ਕਨਫਰਮ ਕੀਤਾ ਕਿ ਇਹ ਸਹੀ ਆ ਜਾਂ ਗਲਤ ਆ ਤੇ ਉਹਨਾਂ ਨੇ ਵੀ ਮੈਨੂੰ ਇਹੀ ਜਵਾਬ ਦਿੱਤਾ ਕਿ ਇਹ ਗਲਤ ਆ ਸਰਾਸਰ ਗਲਤ ਆ ਤੇ ਇਹਦੇ ਤੇ ਤੁਹਾਨੂੰ ਪੁਲਿਸ ਕਾਰਵਾਈ ਤੁਹਾਨੂੰ ਕਰਨੀ ਚਾਹੀਦੀ ਆ ਮੇਰੇ ਇਤਿਹਾਸ ਨੇ ਤੁਹਾਨੂੰ ਕਿਹਾ ਕਿ ਪੁਲਿਸ ਕਾਰਵਾਈ ਤੁਹਾਨੂੰ ਕਰਨੀ ਚਾਹੀਦੀ ਆ ਜੀ ਬਿਲਕੁਲ ਉਹਨਾਂ ਨੇ ਤੁਸੀਂ ਨਹੀਂ ਕਿਹਾ ਕਿ ਤੁਸੀਂ ਤਾਂ ਸਾਡੇ ਰਹਿਬਰ ਹੋ ਤੁਹਾਨੂੰ ਅਸੀਂ ਮੈਂ ਤੁਹਾਡੇ ਸਾਹਮਣੇ ਆਈਆਂ ਦਰਖਾਸਤ ਲੈ ਕੇ ਆਈਆਂ ਹਾਂਜੀ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਮੈਂ ਇਹ ਵੀ ਕਿਹਾ ਸੀ ਮੈਂ ਕਿਹਾ ਜੀ ਇੱਕ ਪ੍ਰਦਰਸ਼ਨ ਕਰਨਾ ਚਾਹੁੰਨੀ ਆ ਮੈਂ ਇੱਕ ਵਿਦਰੋਹ ਕਰਨਾ ਚਾਹੁੰਨੀ ਆ ਨਾ ਦਾ ਕਿ ਜਿਹੜਾ ਆਪਾਂ ਮੁ슬림 ਸਮਾਜ ਆ ਇਕੱਠਾ ਹੋ ਕੇ ਆਪਾਂ ਇੱਕ ਪ੍ਰਦਰਸ਼ਨ ਕਰੀਏ ਕਿ ਸਾਡੇ ਪਗੰਬਰਾਂ ਦੀ ਬੇਅਦਵੀ ਕੀਤੀ ਗਈ ਆ ਤੇ ਮੈਨੂੰ ਮੁਫਤੀ ਸਾਹਿਬ ਕਹਿੰਦੇ ਕਿ ਮੈਂ ਹਲੇ ਤਾਂ ਥੋੜਾ ਜਿਹਾ ਬਿਜ਼ੀ ਆ ਤੇ ਤੂੰ ਐਦਾਂ ਕਰ ਜਦੋਂ ਵੀ ਕੋਈ ਇਨਕੁਆਰੀ ਬੈਠਦੀ ਆ ਜਦੋਂ ਵੀ ਕੋਈ ਹੈਨਾ ਐਦਾਂ ਦੀ ਸ਼ਾਨਵੇਂ ਹੁੰਦੀ ਆ ਤਾਂ ਮੇਰੇ ਕੋਲ ਭੇਜ ਦਿਓ ਮੈਂ ਲਿਖ ਕੇ ਦੇ ਦਵਾਂਗਾ ਕਿ ਇਹ ਸਰਾ ਸਰ ਗਲਤ ਲਿਖਿਆ ਗਿਆ ਹੈ ਤੇ ਫਿਰ ਜਸਨੂਰ ਮੈਨੂੰ ਇਹ ਵੀ ਤੁਸੀਂ ਦੱਸ ਰਹੇ ਸੀ ਕਿ ਜਿਸ ਗਾਇਕਾ ਨੇ ਉਹ ਗੀਤ ਗਾਇਆ ਉਹ ਤੁਹਾਡੀ ਰਿਸ਼ਤੇਦਾਰੀ ਦੇ ਵਿੱਚ ਹੈ ਹਾਂਜੀ ਬਿਲਕੁਲ ਰਿਸ਼ਤੇਦਾਰੀ ਵਿੱਚੋਂ ਮੇਰੀ ਚਚੇਰੀਆਂ ਭੈਣਾਂ ਨੇ ਕਜ਼ਨ ਨੇ ਮੇਰੀਆਂ ਹਾਂਜੀ ਤੇ ਫਿਰ ਉਹਨਾਂ ਨਾਲ ਕੋਈ ਗੱਲਬਾਤ ਹੋਈ ਤੁਸੀਂ ਦੱਸ ਰਹੇ ਸੀ ਕਿ ਪਰਿਵਾਰ ਦੇ ਵਿੱਚ ਵੀ ਤੁਸੀਂ ਐਡਾ ਵੱਡਾ ਰਿਸਕ ਲਿਆ ਤੁਸੀਂ ਕਹਿ ਕਿ ਮੈਨੂੰ ਮੁਹੱਬਤ ਹੀ ਉਸ ਰਸੂਲ ਸੱਲਾ ਸੱਲਮ ਦੇ ਨਾਲ ਅੱਲਾਹ ਪਾਕ ਦੇ ਨਾਲ ਕਰਨੀ ਹੈ ਕਿ ਮੈਂ ਆਪਣਾ ਪਰਿਵਾਰ ਵੀ ਦੌਤੇ ਲਾਤਾ ਬਿਲਕੁਲ ਜੀ ਮੇਰੇ ਪਰਿਵਾਰ ਨੇ ਮੈਨੂੰ 4-5 ਦਿਨ ਬੁਲਾਇਆ ਨਹੀਂ ਮੇਰੇ ਘਰਦਿਆਂ ਨੇ ਮੇਰੇ ਡੈਡੀ ਨੇ ਉਹਨਾਂ ਨੇ ਨਹੀਂ ਮੈਨੂੰ ਬੁਲਾਇਆ ਬ੍ਰਦਰ ਨੇ ਮੇਰੇ ਉਹਨਾਂ ਨੇ ਮੈਨੂੰ ਬੁਲਾਇਆ ਨਹੀਂ ਕਈ ਵਾਰੀ ਮੈਂ ਰੋਟੀ ਤੋਂ ਵੀ ਭੁੱਖੀ ਸੌਂਦੀ ਰਹੀਆਂ ਕਿਉਂਕਿ ਜਦੋਂ ਘਰ 'ਚ ਕੋਈ ਬੁਲਾਉਂਦਾ ਹੀ ਨਹੀਂ ਹੈ ਨਾ ਬੰਦਾ ਉੱਥੇ ਕੀ ਕਰੇ ਤੇ ਬਿਲਕੁਲ ਮੈਂ ਪਰ ਉਹਨਾਂ ਨੇ ਮੇਰੇ ਨਾਲ ਹਲੇ ਤੱਕ ਕੋਈ ਗੱਲ ਨਹੀਂ ਕੀਤੀ ਮੇਰੀਆਂ ਭੈਣਾਂ ਨੇ ਕੋਈ ਉਹਨਾਂ ਦੀ ਮੈਨੂੰ ਕਾਲ ਨਹੀਂ ਆਈ ਕੋਈ ਕੁਝ ਨਹੀਂ ਆਇਆ ਤੇ ਬਸ ਇਹੀ ਸੀਗਾ ਮੈਨੂੰ ਕਿ ਚਲੋ ਕੁਝ ਵੀ ਹੈ ਚਾਹੇ ਮੈਂ ਹੀ ਆ ਪਰ ਗਲਤ ਤਾਂ ਗਲਤ ਹੈ ਨਾ ਗਲਤ ਨੂੰ ਗਲਤ ਕਹਿਣਾ ਤਾਂ ਗੱਲ ਸਹੀ ਹੈ ਨਾ ਮੈਂ ਇਹ ਸੋਚਦੀ ਆ ਕਿ ਜਿਹੜੇ ਰਾਈਟਰ ਨੇ ਰਾਈਟਿੰਗ ਲਿਖੀ ਆ ਉਹਨੇ ਕੀ ਸੋਚ ਕੇ ਲਿਖੀ ਆ ਜਾਂ ਫਿਰ ਜਿਹਨੇ ਪਰਫਾਰਮ ਕੀਤਾ ਉਹਨੇ ਕੀ ਸੋਚ ਕੇ ਕੀਤਾ ਗਾਉਣ ਵਾਲਿਆਂ ਨੂੰ ਤਾਂ ਸਟੂਡੀਓ ਬੁਲਾਇਆ ਹੋਊਗਾ ਉਹਨਾਂ ਨੂੰ ਕਹਾਣੀ ਥੋੜੀ ਦਿਖਾਈ ਹੋਊਗੀ ਕਿ ਆਹ ਕਹਾਣੀ ਤੇ ਇਹ ਗਾਣੇ ਨੂੰ ਫਿਟ ਕਰਨਾ ਤੁਸੀਂ ਇੱਕ ਲੌਜੀਕਲੀ ਗੱਲ ਆ ਕਿ ਜਦੋਂ ਕੋਈ ਸਿੰਗਰ ਜਾਂਦਾ ਹਨਾ ਕਿਸੇ ਕੋਲ ਗਾਉਣ ਵਾਸਤੇ ਕਿਸ ਕਿਸੇ ਨੂੰ ਪਹਿਲਾਂ ਫਸਟ ਟਾਈਮ ਮੌਕਾ ਮਿਲਦਾ ਫਿਲਮ ਚ ਗਾਉਣ ਵਾਸਤੇ ਉਹਨੂੰ ਐਕਸਾਈਟਮੈਂਟ ਹੀ ਬਹੁਤ ਹੁੰਦੀ ਹੈ ਉਹਨੂੰ ਇਹ ਬਾਕੀ ਚੀਜ਼ਾਂ ਦਿਖਦੀਆਂ ਹੀ ਨਹੀਂ ਫਿਰ ਉਸ ਤੋਂ ਬਾਅਦ ਜਦੋਂ ਐਮੀ ਵਰਕ ਜੀ ਨੇ ਫਿਲਮ ਬਣਾਈ ਆ ਤੇ ਉਹਨਾਂ ਨੂੰ ਤਾਂ ਸਾਰਾ ਕੁਝ ਦਿਖਾਇਆ ਗਿਆ ਹੋਊਗਾ ਕਿ ਤੁਹਾਡੀ ਫਿਲਮ ਚ ਆ ਚੀਜ਼ਾਂ ਨੇ ਆ ਤੁਹਾਡੇ ਲੈ ਡਾਇਲੋਗ ਨੇ ਤੇ ਆ ਤੁਹਾਡੀ ਫਿਲਮ ਚ ਗਾਣੇ ਪਾਏ ਗਏ ਨੇ ਤਾਂ ਉਹ ਇੱਕ ਵਾਰੀ ਤਾਂ ਹੁੰਦੀ ਨਹੀਂ ਹੈਗੀ ਵੀ ਇੱਕ ਵਾਰੀ ਐਕਟਿੰਗ ਕੀਤੀ ਤਾਂ ਛੱਡਤੀ ਤੁਸੀਂ ਦੇਖ ਲਓ ਇੱਕ ਗਾਣੇ ਨੂੰ ਪਰਫਾਰਮ ਕਰਨੇ ਵਾਸਤੇ ਚਾਰ ਚਾਰ ਪੰਜ ਪੰਜ ਦਿਨ ਲੱਗ ਜਾਂਦੇ ਨੇ ਤੇ ਉਹਨਾਂ ਨੂੰ ਇਹ ਚੀਜ਼ ਦੀ ਸਮਝ ਨਹੀਂ ਆਈ ਵੀ ਅਸੀਂ ਇਹ ਕੀ ਬੋਲ ਰਹੇ ਹਾਂ ਤੇ ਕਿਹੜੀ ਚੀਜ਼ ਤੇ ਪਰਫਾਰਮ ਕਰ ਰਹੇ ਹਾਂ ਸੇਮ ਉਦਾਂ ਦੀਆਂ ਹੀ ਭਾਵਨਾਵਾਂ ਸਾਡੀਆਂ ਨੇ ਜਿੱਦਾਂ ਦੀਆਂ ਸਾਡੇ ਸਿੱਖ ਭਾਈਚਾਰੇ ਦੀਆਂ ਨੇ ਜਿੱਦਾਂ ਦੀਆਂ ਸਾਡੇ Hindu ਭਾਈਚਾਰੇ ਦੀਆਂ ਨੇ ਇਸਾਈ ਭਾਈਚਾਰੇ ਦੀਆਂ ਨੇ ਉਦਾਂ ਦੀਆਂ ਹੀ ਭਾਵਨਾਵਾਂ ਸਾਡੀਆਂ ਨੇ ਸਾਨੂੰ ਵੀ ਸਾਡੇ ਪਗੰਬਰਾਂ ਦੀ ਬੇਕਦਰੀ ਦਾ ਫਰਕ ਪੈਂਦਾ ਆ ਕਿ ਉਹਨਾਂ ਨੂੰ ਇਦਾਂ ਕਿਉਂ ਬੋਲਿਆ ਜਾ ਰਿਹਾ ਹੈ ਨਾ ਫਿਰ ਮੈਂ ਸਾਡੇ ਜਿਹੜੇ ਸਿੰਗਰ ਕਮਿਊਨਿਟੀ ਜਿੰਨੀ ਵੀ ਹੈਗੀ ਹੈ ਸਾਡੀ ਮੁਸਲਿਮ ਸਮਾਜ ਦੀ ਹੈ ਨਾ ਤੁਸੀਂ ਦੇਖਿਆ ਹੈ ਕਾਫੀ ਹਾਈ ਲੈਵਲ ਤੇ ਸਿੰਗਰ ਗਏ ਹੋਏ ਨੇ ਜਾਨੀ ਦੇ ਨਾਲ ਉਹਨਾਂ ਦੇ ਚੰਗੇ ਟੱਚ-ਅਪ ਵੀ ਨੇ ਜਾਨੀ ਦੇ ਨਾਲ ਉਹ ਕੰਮ ਵੀ ਕਰਦੇ ਨੇ ਤੇ ਇਹ ਦੱਸਣ ਦੀ ਤਾਂ ਲੋੜ ਨਹੀਂ ਤੁਸੀਂ ਵੀ ਜਾਣਦੇ ਹੋ ਨਾ মিডিਆ ਦੇ ਰਹਿਣੇ ਕਿ ਕਿਹੜੇ-ਕਿਹੜੇ ਸਿੰਗਰ ਉਹਨਾਂ ਨਾਲ ਕੰਮ ਕਰਦੇ ਆ ਫਿਰ ਉਹਨਾਂ ਦੇ ਦਿਮਾਗ 'ਚ ਮੈਨੂੰ ਫੋਨ ਕਰਕੇ ਤਾਂ ਕਹਿ ਰਹੇ ਨੇ ਕਿ ਇਹਨੂੰ ਆਏ ਨੂੰ ਇੰਨਾ ਟਾਈਮ ਹੋ ਗਿਆ ਗਾਣੇ ਨੂੰ ਹੁਣ ਕਿਉਂ ਬੋਲਣ ਲੱਗੀਆਂ ਫਿਰ ਇਹ ਖੁਦ ਕਿਉਂ ਨਹੀਂ ਬੋਲੇ ਨਹੀਂ ਪਰ ਉਹ ਜਿਹਨੇ ਸਿੰਗਰਾਂ ਦੀ ਤੁਸੀਂ ਗੱਲ ਕਰਦੇ ਹੋ ਅਕਸਰ ਉਹ ਸਟੇਜ ਦੇ ਉੱਤੇ ਅੱਲਾ ਦਾ ਨਾਮ ਲੈ ਕੇ ਸੱਲਾ ਸੱਲਾ ਮੁਸਤਫਾ ਦੀ ਸ਼ਾਨ ਦੇ ਵਿੱਚ ਪਹਿਲਾਂ ਹਾਜ਼ਰੀ ਲਵਾ ਕੇ ਫਿਰ ਸ਼ੁਰੂ ਕਰਦੇ ਉਹਨੂੰ ਪਤਾ ਹੀ ਨਹੀਂ ਲੱਗਿਆ ਯਾ ਇਹ ਇੰਨੇ ਜ਼ਿਆਦਾ ਕਮਰਸ਼ੀਅਲ ਹੋ ਗਏ ਨੇ ਯਾਰ ਉਹਨੂੰ ਕੋਈ ਫਰਕ ਹੀ ਨਹੀਂ ਪੈਂਦਾ ਫੋਟੋਆਂ ਤਾਂ ਬਹੁਤ ਖਚਾਉਂਦੇ ਨੇ ਉਹ ਹਰ ਵਾਰ ਜਦੋਂ ਵੀ ਇੱਥੇ ਆਉਂਦੇ ਨੇ ਦਿਖਾਵਾ ਵੀ ਬਹੁਤ ਕਰਦੇ ਨੇ ਥੋੜੀ ਉਹਨਾਂ ਨਾਲ ਨਹੀਂ ਕਿਸੇ ਨਾਲ ਗੱਲ ਹੋਈ ਫਿਰ ਮੈਂ ਜੀ ਜਿੱਦਣ ਪ੍ਰੈਸ ਕਾਨਫਰੰਸ ਸੀ ਮੇਰੀ ਜਲੰਧਰ ਮੈਂ ਖੁਦ ਰੱਖੀ ਸੀ ਕਿਸੇ ਦਾ ਉਹਦੇ ਵਿੱਚ ਕੋਈ ਇਹ ਨਹੀਂ ਸੀ ਲੈਣ ਦੇਣ ਨਹੀਂ ਸੀ ਮੈਂ ਮੈਂ ਕਿ ਮਿੰਤਾں ਕੀਤੀਆਂ ਮੈਂਨਾਂ ਦੀਆਂ ਹੱਥ ਵਨ ਵਨ ਕੇ ਕਿ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਆ ਜਾਓ ਸਿਰਫ ਆ ਜਾਓ ਹਣਾ ਜੇ ਤੁਸੀਂ ਜ਼ਿਆਦਾ ਨਹੀਂ ਕੁਝ ਬੋਲਣਾ ਚਾਹੁੰਦੇ ਤੁਸੀਂ ਨਾ ਬੋਲਿਓ ਕਿ ਤੁਸੀਂ ਸਿਰਫ ਆਜੋ ਹਣਾ ਤੇ ਮੈਂ ਉਥੇ ਪ੍ਰੈਸ ਕਾਨਫਰੰਸ ਦੇ ਵਿੱਚ ਨਾਮ ਵੀ ਲਿਖਵਾਤੇ ਸਾਰਿਆਂ ਦੇ ਕਿਤੇ ਕਿਤੇ ਨਾਮ ਲਿਖਾਇਆ ਸੀ ਕਿ ਕੌਣ ਕੌਣ ਆਏਗਾ ਚਲੋ ਛੱਡੋ ਹੁਣ ਕਾਦੇ ਵਾਸਤੇ ਬੋਲਣਾ ਹਨ ਮੈਨੂੰ ਲੱਗਦਾ ਹੈ ਕਿ ਜਿਨ੍ਹਾਂ ਨੇ ਤੁਹਾਨੂੰ ਪਹਿਲਾਂ ਹਾਂ ਕੀਤੀ ਫਿਰ ਬਾਅਦ ਚ ਮੌਕੇ ਤੇ ਆ ਕੇ ਮੁੱਕਰੇ ਕਿਹੜੇ ਕਿਹੜੇ ਗਾਇਕ ਸੀ ਉਹ ਐਕਸਪੋਜ਼ ਹੋਣੇ ਚਾਹੀਦੇ ਨਾ ਜਿੱਥੇ ਮੁਸਲਮਾਨ ਸਮਾਜ ਦੇ ਜਿੰਨੇ ਵੀ ਆਪਣੇ ਹੈਗੇ ਨੇ ਹਨ ਕਈ ਕਲਾਕਾਰ ਨੇ ਮੈਂ ਨਹੀਂ ਹੁਣ ਨਾਮ ਕਲੀਅਰ ਕਰਨਾ ਚਾਹੁੰਦੀ ਹਨ ਫਿਰ ਕੱਲੂ ਕਿਤੇ ਇਹ ਵਿਵਾਦ ਬਣ ਜਵੇ ਆਪਣੇ ਤੇ ਤੇ ਮੈਂ ਉਹਨਾਂ ਨੂੰ ਇਕੱਲੇ ਇਕੱਲੇ ਨੂੰ ਕਿਹਾ ਕਿ ਤੁਸੀਂ ਆ ਜਾਓ ਤੇ ਕਿਸੇ ਨੇ ਜੀ ਫੋਨ ਨਹੀਂ ਚੱਕਿਆ ਮੇਰਾ ਜੇ ਕੋਈ ਫੋਨ ਚੱਕਦਾ ਸੀ ਚੱਕ ਕੇ ਸਵਿਚ ਆਫ ਕਰ ਦਿੰਦਾ ਸੀ ਤੇ ਪਹਿਲਾ ਮੈਟਰ ਸਮਝ ਲਿਆ ਮੈਟਰ ਸਮਝਣੇ ਤੋਂ ਬਾਅਦ ਜਦ ਪਤਾ ਲੱਗਿਆ ਕਿ ਜਾਨੀ ਦਾ ਨਾਮ ਆ ਰਿਹਾ ਵਿੱਚ ਐਮੀ ਵਰਕ ਦਾ ਨਾਮ ਆ ਰਿਹਾ ਤੇ ਉਹ ਤਾਂ ਬਹੁਤ ਵੱਡੀਆਂ ਹਸਤੀਆਂ ਨੇ ਫਿਰ ਉਹ ਕੀ ਤੁਹਾਡੇ ਰਸੂਲ ਨਾਲੋਂ ਵੀ ਵੱਡੀ ਹਸਤੀ ਆ ਜੇ ਤੋ ਤੁਸੀਂ ਇੰਨਾ ਡਰ ਗਏ ਤੁਸੀਂ ਅੱਲਾ ਪਾਕ ਦਾ ਨਾਮ ਲੈ ਕੇ ਤੁਸੀਂ ਪਕੰਬਰਾਂ ਦਾ ਨਾਮ ਲੈ ਕੇ ਤੁਸੀਂ ਕਾਲੀ ਕਮਲੀ ਵਾਲੇ ਦਾ ਨਾਮ ਲੈ ਕੇ ਦਰਬਾਰਾਂ ਤੋਂ ਦਰਬਾਰਾਂ ਤੋਂ ਢੇਰਾਂ ਦੇ ਢੇਰ ਨੋਟਾਂ ਦੇ ਚੱਕੇ ਲੈ ਕੇ ਆਉਨੇ ਆ ਫਿਰ ਜਦੋਂ ਕਾਲੀ ਕਮਲੀ ਵਾਲੇ ਦੇ ਨਾਮ ਤੇ ਉਹਨਾਂ ਦੀ ਤੋਹਫੀਨ ਕੀਤੀ ਜਾਂਦੀ ਹੈ ਫਿਰ ਤੁਹਾਡੀ ਜ਼ਮੀਰ ਕਿੱਥੇ ਮਰ ਜਾਂਦੀ ਹੈ ਤੇ ਫਿਰ ਇਸ ਵੇਲੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਸਾਰੇ ਪ੍ਰੋਸਪੈਕਟ ਦਾ ਪਤਾ ਲੱਗਿਆ ਤੁਹਾਨੂੰ ਸਮਝ ਆਈ ਕਿ ਸਾਡੇ ਨਾਲ ਹੋਇਆ ਕੀ ਹੈ ਤੇ ਕਿੱਥੇ-ਕਿੱਥੇ ਤੁਸੀਂ ਅਰਜ਼ੋਈ ਕੀਤੀ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਜਿਸ ਗਾਇਕ ਨੇ ਇਹ ਗਾਇਆ ਉਹਦੇ ਨਾਲ ਤੁਸੀਂ ਕੋਈ ਰਾਬਤਾ ਨਹੀਂ ਹੋਇਆ ਨਾ ਉਹਨਾਂ ਨੇ ਤੁਹਾਡੇ ਨਾਲ ਕੋਈ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਫਿਰ ਤੁਸੀਂ ਆਪਣੀ ਜਿਹੜੀ ਗੁਹਾਰ ਹੈਗੀ ਹੈ ਇਨਸਾਫ ਦੀ ਗੁਹਾਰ ਲੈ ਕੇ ਸਭ ਤੋਂ ਪਹਿਲਾਂ ਕਿੱਥੇ ਗਏ ਔਰ ਕਦੋਂ ਗਏ ਸਭ ਤੋਂ ਪਹਿਲਾਂ ਮੈਂ ਠਾਣਾ ਸਮਰਾਲਾ ਚ ਗਈ ਹਾਂ ਹਨਾ ਡੀਐਸਪੀ ਸਾਹਿਬ ਦੇ ਮੈਂ ਉੱਥੇ ਐਫਆਈਆਰ ਦਿੱਤੀ ਹੈ ਕਿ ਮੇਰੀ ਐਫਆਈਆਰ ਦਰਜ ਕੀਤੀ ਜਾਵੇ ਮੈਂ ਉੱਥੇ ਐਪਲੀਕੇਸ਼ਨ ਪਾਈ ਆ ਤੇ ਮੈਂ ਹੁਣ ਵੀ ਇਹੀ ਮੈਂ ਬੇਨਤੀ ਕਰਦੀ ਆ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਕਿ ਸਾਡੇ ਮੁਸਲਿਮ ਸਮਾਜ ਦੀ ਜਿੰਨੀਆਂ ਵੀ ਉਹਨਾਂ ਦੀਆਂ ਭਾਵਨਾਵਾਂ ਨੇ ਉਹ ਭਾਵਨਾਵਾਂ ਦੀ ਕਦਰ ਕਰਦੇ ਹੋਏ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਵੀ ਸਾਡੀਆਂ ਭਾਵਨਾਵਾਂ ਨੂੰ ਹਰਟ ਕੀਤਾ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਉਹ ਚੀਜ਼ਾਂ ਦਾ ਤੇ ਤੁਸੀਂ ਉਹਨਾਂ ਨੂੰ ਸਖਤ ਤੋਂ ਸਖਤ ਕੜੀ ਸਜ਼ਾ ਦਿਓ ਹਨਾ ਸਭ ਤੋਂ ਪਹਿਲਾਂ ਮੈਂ ਉੱਥੇ ਗਈ ਆ ਤੇ ਫਿਰ ਕਿੰਨੇ ਦਿਨ ਹੋ ਗਏ ਤਾਨੂੰ ਭਟਕਦੇ ਆ ਕਿਉਂਕਿ ਕਦੇ ਸੰਗਰੂਰ ਜਾ ਰਹੇ ਹੋ ਕਦੇ ਤੁਸੀਂ ਸਮਰਾਲੇ ਜਾ ਰਹੇ ਹੋ ਕਦੇ ਤੁਸੀਂ ਇਨਸਾਫ ਲੈਣ ਲਈ ਭਾਈਚਾਰੇ ਦਾ ਸਾਥ ਮੰਗ ਰਹੇ ਹੋ ਕਿੰਨੇ ਦਿਨ ਹੋ ਗਏ ਤੁਹਾਨੂੰ ਭਟਕਦੇ ਆ ਪਹਿਲਾਂ ਤਾਂ ਇਹ ਚੀਜ਼ ਨੂੰ ਸਰਚ ਕੀਤਾ ਕਿ ਇਹ ਚੀਜ਼ ਗਲਤ ਹੈ ਜਾਂ ਸਹੀ ਹੈ 10 12 ਦਿਨ ਤਾਂ ਇਹਦੇ ਵਿੱਚ ਮਿਲ ਲੱਗਦਾ ਪਹਿਲਾਂ ਹਨਾ ਸਰਚ ਕਰਨੇ ਚ ਲੰਘ ਗਏ ਹੋਣੇ ਆ ਫਿਰ ਜਦੋਂ ਮੈਨੂੰ ਇਹ ਕਲੀਅਰ ਹੋ ਗਿਆ ਕਿ ਹਾਂ ਇਹ ਚੀਜ਼ ਗਲਤ ਆ ਮੇਰੇ ਮੁ슬림 ਸਮਾਜ ਦੇ ਲੋਕ ਮੈਂ ਗਲਤ ਹੋ ਸਕਦੀਆਂ ਇੱਕ ਹੋਰ ਬੰਦਾ ਗਲਤ ਹੋ ਸਕਦਾ ਤੀਜਾ ਗਲਤ ਹੋ ਸਕਦਾ ਸਾਰਾ ਸਮਾਜ ਤਾਂ ਨਹੀਂ ਨਾ ਗਲਤ ਹੋ ਸਕਦਾ ਤੇ ਫੇਰ ਮੈਂ ਪਹਿਲਾ ਸਮਰਾਲਾ ਗਈ ਉੱਥੇ ਜਾ ਕੇ ਮੈਂ ਜਿਹੜੀ ਸਾਡੀ ਮੁਸਲਮ ਕਮਿਊਨਿਟੀ ਦੀ ਕਮੇਟੀ ਬਣੀ ਹੋਈ ਆ ਉਹਨਾਂ ਨੂੰ ਵੀ ਮੈਂ ਐਪਲੀਕੇਸ਼ਨ ਦਿੱਤੀ ਆਪਣੇ ਵੱਲੋਂ ਤੇ ਫੇਰ ਮੈਂ ਸਮਰਾਲਾ ਜੋ ਡੀਐਸਪੀ ਸਾਹਿਬ ਨੇ ਉਹਨਾਂ ਕੋਲ ਗਈ ਉਹਨਾਂ ਨੂੰ ਮੈਂ ਕੰਪਲੇਂਟ ਦਿੱਤੀ ਕਿ ਇਹਦੇ ਤੇ ਐਪਲੀਕੇਸ਼ਨ ਦਿੱਤੀ ਕਿ ਇਹਦੇ ਤੇ ਮਾਮਲਾ ਦਰਜ ਕੀਤਾ ਜਾਵੇ ਤੇ ਫਿਰ ਮੈਂ ਆਪਣੇ ਐਸਐਸਪੀ ਸਾਹਿਬ ਖੰਨਾ ਨੂੰ ਉਹਨਾਂ ਨੂੰ ਵੀ ਮੈਂ ਭੇਜੀ ਹੈ ਡੀਜੀਪੀ ਸਾਹਿਬ ਨੂੰ ਮੈਂ ਭੇਜੀ ਹੈ ਸਾਡੀ ਕਾਬਲੇ ਤਾਰੀਫ ਸਾਡੀ ਮਹਤਰਮਾ ਰਜ਼ੀਆ ਸੁਲਤਾਨਾ ਜੀ ਉਹਨਾਂ ਨੂੰ ਮੈਂ ਭੇਜੀ ਹੈ ਸਾਡੀ ਇੱਥੇ ਜਿਹੜੀ ਰਜ਼ੀਆ ਸੁਲਤਾਨਾ ਤੱਕ ਵੀ ਤੁਸੀਂ ਅਪਰੋਚ ਕੀਤੀ ਹੈ ਫਿਰ ਉਹਨਾਂ ਦਾ ਕੀ ਰਿਹਾ ਕੋਈ ਫੀਡਬੈਕ ਰਹੀ ਕੋਈ ਤੁਹਾਡੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਕੋਈ ਕਾਲ ਆਈ ਕੁਝ ਹੋਰ ਹੋਇਆ ਕੱਲੇ-ਕੱਲੇ ਐਪਲੀਕੇਸ਼ਨ ਪੇਪਰ ਦੇ ਉੱਤੇ ਮੇਰਾ ਨੰਬਰ ਦਿੱਤਾ ਹੋਇਆ ਕਿ ਮੈਨੂੰ ਆ ਚੀਜ਼ ਤੋਂ ਮੈਨੂੰ ਓਬਜੈਕਸ਼ਨ ਆ ਆ ਚੀਜ਼ ਦਾ ਮੈਨੂੰ ਹਨਾ ਇਤਰਾਜ਼ ਹੋਇਆ ਤੇ ਮੈਂ ਚਾਹੁੰਨੀ ਆ ਕਿ ਪੂਰਾ ਸਾਡਾ ਜਿਹੜਾ ਮੁਸਲਿਮ ਸਮਾਜ ਆ ਸਾਡੇ ਨਾਲ ਖੜੇ ਪਰ ਮੈਨੂੰ ਰਜੀਆ ਸੁਲਤਾਨਾ ਜੀ ਵੱਲੋਂ ਹਲੇ ਕੋਈ ਰਿਸਪੌਂਸ ਨਹੀਂ ਆਇਆ ਉਹਨਾਂ ਨੇ ਮੈਨੂੰ ਹਲੇ ਤੱਕ ਕੋਈ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪਰ ਕਾਫਲਾ ਮੀਰ ਦੀ ਇੱਕ ਕੁਝ ਦੋ ਲੇਡੀਆਂ ਨੇ ਜਿਨ੍ਹਾਂ ਦਾ ਨਾਮ ਰਵਿਨਾ ਆ ਇੱਕ ਦਾ ਨਾਮ ਤਾਂ ਇਥੇ ਮਰੀਲ ਕੋਟਲਾ ਤੋਂ ਨੇ ਤੇ ਇੱਕ ਹੈਗੇ ਨੇ ਆਪਣੇ ਉਧਰ ਮਹਾਲੀ ਰਹਿੰਦੇ ਨੇ ਉਹਨਾਂ ਦਾ ਨਾਮ ਹੈਗਾ ਪ੍ਰਵੀਨ ਉਹਨਾਂ ਨੇ ਕੋ ਬਹੁਤ ਹੱਦ ਤੱਕ ਉਹਨਾਂ ਨੇ ਇਹ ਚੀਜ਼ ਨੂੰ ਸਰਚ ਕਰਕੇ ਮੇਰੇ ਨਾਲ ਹਨਾ ਖੋਜਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿੱਥੇ ਤੱਕ ਮਾਮਲੇ ਨੂੰ ਹਨਾ ਸਹੀ ਰੂਪ ਦਿੱਤਾ ਜਾਵੇ ਤੇ ਫਿਰ ਤੁਸੀਂ ਅੱਜ ਮਲੇਰਕੋਟ ਲਾਏ ਹੋ ਮਲੇਰਕੋਟ ਲਾਉਣ ਤੋਂ ਕੀ ਖਾਸ ਰੀਜ਼ਨ ਸੀ ਜੀ ਮੈਂ ਇੱਥੇ ਸਾਡੇ ਮੁ슬림 ਫਾਉਂਡੇਸ਼ਨ ਆਫ ਪੰਜਾਬ ਸਾਡੇ ਐਡਵੋਕੇਟ ਸਾਹਿਬ ਨੇ ਫਾਰੂਕੀ ਸਾਹਿਬ ਉਹਨਾਂ ਨੂੰ ਮੈਂ ਮਿਲਣ ਆਈ ਸੀ ਕਿ ਮੈਨੂੰ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਆ ਹਨਾ ਜਿੰਨਾ ਵੀ ਤੁਹਾਡਾ ਭਾਈਚਾਰਾ ਆ ਸਾਰਾ ਸਾਡਾ ਇੱਥੇ ਭਾਈਚਾਰਾ ਆ ਮੈਨੂੰ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਤੇ ਉਹਨਾਂ ਨੇ ਮੈਨੂੰ ਇਹਦਾ ਭਰੋਸਾ ਵੀ ਦਿਵਾਇਆ ਕਿ ਸਾਨੂੰ ਕਿਸੇ ਤਰੀਕੇ ਦਾ ਡਰ ਕਿਸੇ ਤਰੀਕੇ ਦਾ ਕੋਈ ਭੈ ਨਹੀਂ ਸਾਨੂੰ ਕਿਸੇ ਤੋਂ ਡਰਨੇ ਦੀ ਕੋਈ ਲੋੜ ਨਹੀਂ ਜਿੱਥੇ ਤੱਕ ਵੀ ਇਹ ਸਾਡਾ ਮੁਕਾਦਮਾ ਜਾਊਗਾ ਜਿੱਥੇ ਤੱਕ ਸਾਡੇ ਚ ਹਿੰਮਤ ਆ ਸੀ ਉੱਥੇ ਤੱਕ ਲੈ ਕੇ ਜਾਵਾਂਗੇ ਤੇ ਮੇਰਾ ਸਾਰਾ ਜੋ ਮੁਸਲਿਮ ਭਾਈਚਾਰਾ ਸਾਡਾ ਮਰੀਲਕੋਟਲੇ ਦਾ ਮੇਰੇ ਨਾਲ ਆ ਜੀ ਜੀ ਸੋ ਸਾਡੇ ਨਾਲ ਇੱਥੇ ਐਡਵੋਕੇਟ ਮੁਵੀਨ ਫਾਰੂਕੀ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਅੱਜ ਆ ਕੇ ਜਜ਼ਬਾਤ ਨੇ ਆਪਣੇ ਸਾਂਝੇ ਕੀਤੇ ਨੇ ਜਸਨੂਰ ਨੇ ਫਾਰੂਕੀ ਉਹਨਾਂ ਦੇ ਨਾਲ ਉਹਨਾਂ ਨਾਲ ਵੀ ਗੱਲ ਕਰਦੇ ਆ ਫਾਰੂਕੀ ਸਾਹਿਬ ਕਿਉਂ ਜੀ ਮਾਨਸਿਕਤਾ ਲੈ ਕੇ ਤੁਹਾਡੇ ਕੋਲ ਆਏ ਨੇ ਇਹ ਮੈਨੂੰ ਲੱਗਦਾ ਹੈ ਕਿ ਕਾਫੀ ਹਰਟਡ ਨੇ ਇੱਕੋ ਜਦੋਂ ਸੋਸ਼ਲ ਮੀਡੀਆ ਦੇ ਰਾਹੀਂ ਪਤਾ ਲੱਗਿਆ ਕਿ ਸਾਡੀ ਇਸ ਭੈਣ ਨੇ ਇੱਕ ਅਜਿਹਾ ਮੁੱਦਾ ਚੱਕਿਆ ਜੋ ਕਿ ਚਲੋ ਸਾਡੇ ਕਿਸੇ ਦੀ ਵੀ ਨਜ਼ਰ ਦੇ ਵਿੱਚ ਨਹੀਂ ਆਇਆ ਮਗਰ ਮੈਂ ਇਹਨਾਂ ਨੂੰ ਐਪਰੀਸ਼ੀਏਟ ਕਰਦਾ ਕਿ ਇਹਨਾਂ ਨੇ ਉਹਦੇ ਤੇ ਬੜੀ ਦਲੇਰੀ ਦੇ ਨਾਲ ਉਹ ਮੁੱਦਾ ਸਾਰਿਆਂ ਦੇ ਸਾਹਮਣੇ ਵੀ ਲੈ ਕੇ ਆਏ ਨੇ ਦਰਖਾਸਤ ਦੇ ਕੇ ਉਹਨਾਂ ਤਾਕਤਾਂ ਦੇ ਨਾਲ ਲੜਨ ਦੀ ਇਹਨਾਂ ਨੇ ਇੱਕ ਜਜ਼ਬਾ ਵੀ ਦਿਖਾਇਆ ਤਾਂ ਸਾਨੂੰ ਇਹ ਲੱਗਿਆ ਕਿ ਜ਼ਰੂਰ ਇਹਨਾਂ ਦੀ ਅਸੀਂ ਨਾਲ ਖੜਨਾ ਚਾਹੀਦਾ ਕਿਉਂਕਿ ਦਰਖਾਸਤਾਂ ਇਹਨਾਂ ਨੇ ਦੇ ਹੀ ਦਿੱਤੀ ਸੀਗੀ ਦਰਖਾਸਤ ਚਾਹੇ ਅਸੀਂ 10 ਜਗ੍ਹਾ ਦੇ ਦਈਏ 20 ਜਗ੍ਹਾ ਦੇ ਦਈਏ ਪਰਚਾ ਤੇ ਇੱਕ ਜਗ੍ਹਾ ਹੋਣਾ ਦਰਜ ਠੀਕ ਹੈ ਇੱਕ ਜੁਰਮ ਵਾਸਤੇ 10 ਐਫ ਆਈ ਆਰ ਨਹੀਂ ਹੋ ਸਕਦੀਆਂ ਇੱਕੋ ਹੀ ਜਗ੍ਹਾ ਆ ਜਾਣੀਆਂ ਨੇ ਜੋ ਟੈਕਨੀਕਲ ਗੱਲ ਹੈ ਠੀਕ ਹੈ ਤਾਂ ਜਦੋਂ ਦਰਖਾਸਤ ਦਿੱਤੀ ਹੋਈ ਹੈ ਤਾਂ ਅਸੀਂ ਕਿਉਂ ਨਾ ਜ਼ੋਰ ਲਾ ਕੇ ਇਸ ਭੈਣ ਦੇ ਨਾਲ ਖੜੀਏ ਔਰ ਅਸੀਂ ਉਹਦੇ ਤੇ ਹੀ ਕਾਰਵਾਈ ਕਰਵਾਈਏ ਪਰਚਾ ਦਰਜ ਕਰਵਾਈਏ تا ਇਹਨਾਂ ਨੇ ਇੰਨੀ جدوجہد ਕੀਤੀ ਹੈ ਜਿਵੇਂ ਇਹਨਾਂ ਨੇ ਮੈਨੂੰ ਦੱਸੀ ਹੈ ਸਟੋਰੀ ਸਾਰੀ ਕਿ ਪਹਿਲਾਂ ਤਾਂ ਇਹਨਾਂ ਨੇ ਜਦੋਂ ਸੁਣਿਆ ਉਹ ਸ਼ਬਦ ਸੁਨੇ ਨੇ ਤਾਂ ਉਸ ਤੋਂ ਬਾਅਦ ਇਹਨਾਂ ਨੇ ਪਹਿਲਾਂ ਤਹਿਕੀਕ ਕੀਤੀ ਬਹੁਤ ਵਧੀਆ ਮੈਂ ਕਹੂੰਗਾ ਉਹਦੇ ਵਿੱਚ ਵੀ ਇਹਨਾਂ ਨੇ ਪਹਿਲਾਂ ਪੂਰਾ ਮਾਲੂਮਾਤ ਹਾਸਲ ਕੀਤੀ ਵੀ ਇਹਦੇ ਵਿੱਚ ਕੀ ਗਲਤ ਹੈ ਉਸ ਤੋਂ ਬਾਅਦ ਇਹਨਾਂ ਨੇ ਪੂਰੀ ਕੋਹ ਕਰਕੇ ਉਸ ਤੋਂ ਬਾਅਦ ਅਰਜ਼ੀ ਦਿੱਤੀ ਹੈ ਤਾਂ ਹੁਣ ਤੱਕ ਮੈਂ ਕਹੂੰਗਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਹਾਲੇ ਤੱਕ ਉਹ ਪਰਚਾ ਨਹੀਂ ਦਰਜ ਹੋਇਆ ਹੈ ਤਾਂ ਇਹਨਾਂ ਨਾਲ ਜੋ ਮੇਰੀ ਗੱਲ ਹੋਈ ਸੀਗੀ ਸਿਸਟਰ ਨਾਲ ਫੇਸਬੁਕ ਦੇ ਜ਼ਰੀਏ ਹੀ ਮੈਨੇ ਬਲਕਿ ਨੰਬਰ ਛੱਡਿਆ ਸੀ ਕਿ ਅਗਰ ਤੁਹਾਨੂੰ ਕੋਈ ਵੀ ਕਾਨੂੰਨੀ ਸਲਾਹ ਦੀ ਜਾਂ ਕੋਈ ਵੀ ਉਹਦੀ ਜ਼ਰੂਰਤ ਆ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਤਾਂ ਇਹਨਾਂ ਦਾ ਮੈਨੂੰ ਕਾਲ ਵੀ ਆਈ ਸੀ ਤਾਂ ਜਿੱਥੇ ਆਏ ਵੀ ਨੇ ਤਾਂ ਇੱਕ ਉਹ ਸੀ ਟੈਕਨੀਕਲ ਜਿਹੜੇ ਉਹਦੇ ਵਿੱਚ ਸੀਗੇ ਕੁਝ ਇਸ਼ੂਜ਼ ਉਹਦੇ ਕੇਸੀ ਦੁਬਾਰਾ ਦਰਖਾਸਤ ਜਿਹੜੀ ਜਿੱਥੇ ਰਹਿੰਦੇ ਨੇ ਸੰਗਰੂਰ ਵੀ ਹੁਣ ਮੰਡੇ ਨੂੰ ਆਈ ਥਿੰਕ ਇਹ ਜਾ ਕੇ ਉੱਥੇ ਦੇਣਗੇ ਦਰਖਾਸਤ ਮੈਂ ਕਿਉਂਕਿ ਆਲਰੇਡੀ ਜਿੱਥੇ ਇਹ ਇਹਨਾਂ ਨੇ ਪਹਿਲੀ ਵਾਰੀ ਉਹ ਵੀਡੀਓ ਦੇਖੀ ਜਿੱਥੇ ਇਹਨਾਂ ਦੇ ਸੈਂਟੀਮੈਂਟਸ ਹਰਟ ਹੋਏ ਤਾਂ ਉਹ ਜਗਾ ਸਮਰਾਲਾ ਸੀਗੀ ਤਾਂ ਉੱਥੇ ਇਹਨਾਂ ਨੂੰ ਦਰਖਾਸਤ ਦਿੱਤੀ ਹੋਈ ਹੈ ਤਾਂ ਮੇਰੀ ਹੁਣ ਡੀਐਸਪੀ ਸਾਹਿਬ ਨਾਲ ਵੀ ਉੱਥੇ ਗੱਲ ਹੋਈ ਹੈ ਤਾਂ ਉਹਨਾਂ ਨੇ ਪੂਰੇ ਅੰਕ ਕਿਹਾ ਕਿ ਮੈਂ ਜ਼ਰੂਰ ਇਹਦੇ ਤੇ ਕਾਰਵਾਈ ਜੋ ਹੈਗੀ ਹੈ ਬੰਦੀ ਕਾਰਵਾਈ ਜ਼ਰੂਰ ਕਰਾਂਗੇ ਤੁਸੀਂ ਕਿਸ ਤਰੀਕੇ ਨਾਲ ਟੈਕਨੀਕਲੀ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਪਹਿਲਾਂ ਸਾਨੂੰ ਜਰਾ ਇਹ ਸਮਝਾਓ ਕਿ ਮੈਨੂੰ ਲੱਗਦਾ ਹੈ ਕਿ ਜੇਕਰ ਇਦਾਂ ਦੇ ਮਾਮਲੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੇ ਮਾਮਲੇ ਨੂੰ ਰੋਕਣਾ ਹੋਵੇ ਤਾਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਿਸ ਤਰੀਕੇ ਦਾ ਜਸਨੂਰ ਨੇ ਮਾਮਲਾ ਚੱਕਿਆ ਹੈ ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜੀ ਫੋਕੀ ਸ਼ੋਹਰਤ ਲੈਣ ਵਾਸਤੇ ਧਾਰਮਿਕ ਨਾਵਾਂ ਦਾ ਧਾਰਮਿਕ ਚੀਜ਼ਾਂ ਦਾ ਧਾਰਮਿਕ ਭਾਵਨਾਵਾਂ ਦਾ ਸਹਾਰਾ ਲੈਂਦੇ ਨੇ ਮੈਨੂੰ ਲੱਗਦਾ ਲਗਾਮ ਲੱਗੇਗੀ ਬਿਲਕੁਲ ਅਗਰ ਕੋਈ ਬੰਦਾ ਖੜਾ ਹੀ ਨਹੀਂ ਹੋਊਗਾ ਸਾਹਮਣੇ ਆ ਕੇ ਠੀਕ ਹੈ ਅਗਰ ਕੋਈ ਦਰਖਾਸਤ ਹੀ ਨਹੀਂ ਦੇਊਗਾ ਕੋਈ ਆਬਜੈਕਸ਼ਨ ਹੀ ਨਹੀਂ ਕਰੂਗਾ ਉਸ ਚੀਜ਼ ਦੇ ਉੱਪਰ ਤਾਂ ਇਹ ਤਾਂ ਡੇ ਬਾਏ ਡੇ ਵਧ ਰਹੀਆਂ ਹੀ ਨੇ ਇਹ ਤਾਂ ਹੋਰ ਐਸੇ ਨਾਜ਼ੇਬਾ ਐਸੇ ਜਿਹੜੇ ਵਰਡ ਨੇ ਐਸੇ ਬੋਲਿਆ ਕਰਨਗੇ ਗਾਨਿਆਂ ਦੇ ਵਿੱਚ ਆਇਆ ਕਰਨਗੇ ਤਾਂ ਮੈਂ ਤਾਂ ਪਹਿਲਾਂ ਇਸੇ ਚੀਜ਼ ਦਾ ਮੈਨੂੰ ਇੱਕ ਚੀਜ਼ ਦਾ ਬੜੀ ਉਹ ਹੈ ਕਿ ਸਾਡੀ ਭੈਣ ਵੱਲੋਂ ਇਹਦੀ ਤੇ ਆਬਜੈਕਸ਼ਨ ਕੀਤੀ ਔਰ ਸਭ ਤੋਂ ਵੱਡੀ ਗੱਲ ਜੋ ਮੈਂ ਮੈਨਾਂ ਦੀ ਇੱਜ਼ਤ ਕਰਦਾ ਜਿਸ ਗੱਲੋਂ ਕਿ ਉਹ ਇਹਨਾਂ ਦੇ ਰਿਸ਼ਤੇਦਾਰ ਨੇ ਇਹਨਾਂ ਦੀ ਕਜ਼ਨ ਨੇ ਸਿਸਟਰ ਉਦੇ باوجود ਪਰਿਵਾਰ ਵੱਲੋਂ ਵੀ ਵਿਰੋਧ ਹੋਣ ਦੇ باوجود ਇਹਨਾਂ ਵੱਲੋਂ ਸਟੈਂਡ ਜਿਹੜਾ ਹੈਗਾ ਆਪਣਾ ਨਹੀਂ ਛੱਡਿਆ ਗਿਆ ਬਹੁਤ ਇਹਨਾਂ ਨੇ ਜਿਵੇਂ ਮੈਨੂੰ ਗੱਲਾਂ ਦੱਸੀਆਂ ਕਿ ਕਾਫੀ ਪ੍ਰੈਸ਼ਰ ਉਹ ਜਿਹੜੀ মিডিਆ ਹਾਊਸ ਆ ਉਹਦੇ ਵੱਲੋਂ ਵੀ ਪਾਇਆ ਗਿਆ ਕਈ ਬੰਦਿਆਂ ਦੇ ਇਹਨਾਂ ਨੇ ਨਾਮ ਦੱਸੇ ਨੇ ਤਾਂ ਵੀ ਉਹਨਾਂ ਵੱਲੋਂ ਵੀ ਫੋਨ ਕਰਕੇ ਇਹਨਾਂ ਨੂੰ ਧਮਕਾਇਆ ਵੀ ਗਿਆ ਇਹਨਾਂ ਨੂੰ ਪੁਲਿਸ ਦੀ ਵੀ ਧਮਕੀ ਦਿੱਤੀ ਕਿ ਝੂਠੇ ਕੇਸ 'ਚ ਫਸਾਉਣ ਦੀ ਵੀ ਧਮਕੀ ਦਿੱਤੀ ਕਿ ਮਗਰ ਉਹਦੇ باوجود ਜਿਹੜਾ ਇਹ ਪਿੱਛੇ ਨਹੀਂ ਹਟੇ ਤਾਂ ਮੈਂ ਉਸ ਚੀਜ਼ ਨੂੰ ਉਸ ਜਜ਼ਬੇ ਨੂੰ ਸਲਾਮ ਕਰਦਾ ਹਾਂ ਔਰ ਇਸ ਭੈਣ ਨੂੰ ਮੈਨੇ ਇੱਕ ਗੱਲ ਇਹ ਕਹੀ ਹੈ ਕਿ ਸਾਡੀ ਮੁਸਲਿਮ ਫੈਡਰੇਸ਼ਨ ਪੰਜਾਬ ਦੀ ਸਾਰੀ ਟੀਮ ਔਰ ਸਾਰਾ ਮੁਸਲਿਮ ਭਾਈਚਾਰਾ ਪੰਜਾਬ ਦਾ ਅਸੀਂ ਤੁਹਾਡੇ ਨਾਲ ਖੜੇ ਆ ਕੋਈ ਸਾਨੂੰ ਘਬਰਾਉਣ ਦੀ ਕਿਤੇ ਵੀ ਜ਼ਰੂਰਤ ਨਹੀਂ ਹੈ ਜੋ ਵੀ ਕਾਨੂੰਨੀ ਲੜਾਈ ਹੈ ਉਹਦੇ ਵਿੱਚ ਅਸੀਂ ਤੁਹਾਡਾ ਪੂਰਾ ਸਾਥ ਵੀ ਦੇਵਾਂਗੇ ਔਰ ਇਨਸ਼ਾਅੱਲਾ ਜਦੋਂ ਤੱਕ ਅਸੀਂ ਇਹਨਾਂ ਤੇ ਲਗਾਮ ਤਾਂ ਹੀ ਲੱਗੇਗੀ ਜਦੋਂ ਕਿ ਕੋਈ ਕਾਨੂੰਨੀ ਕਾਰਵਾਈ ਕਰਵਾਵਾਂਗੇ ਇਹਦੇ ਵਿੱਚੋਂ ਮਾਫੀਆਂ ਦਾ ਕਹਿੰਦੇ ਨੇ ਕਿ ਅਸੀਂ ਮਾਫੀ ਮਾਫੀ ਵਾਲੀ ਗੱਲ ਬਹੁਤ ਪਿੱਛੇ ਰਹਿ ਗਈ ਠੀਕ ਹੈ ਉਹ ਆਪਣੇ ਆਪ ਉਹਨਾਂ ਕੋਲੋਂ ਗਲਤੀ ਹੋਗੀ ਸੀ ਕਿ ਉਹ ਆਪਣੇ ਆਪ ਰਿਅਲਾਈਜ਼ ਕਰਕੇ ਜਦੋਂ ਪਹਿਲੀ ਵਾਰੀ ਕਿਸੇ ਨੂੰ ਉਹਨੂੰ ਦੱਸਿਆ ਸੀ ਕਿ ਉਹ ਅਪੋਲੋਜੀ ਕਰ ਦੇ ਉਹ ਚਲੋ ਉਸ ਟਾਈਮ ਤੱਕ ਤਾਂ ਗੱਲ ਹੁਣ ਮਗਰ ਜਦੋਂ ਸਾਰੇ ਭਾਈਚਾਰੇ ਦੇ ਵਿੱਚ ਇਹ ਗੱਲ ਆ ਚੁੱਕੀ ਹੈ ਤਾਂ ਹੁਣ ਮੈਨੂੰ ਨਹੀਂ ਲੱਗਦਾ ਹੈਗਾ ਕਿ ਮਾਫੀ ਵਾਲੀ ਕੋਈ ਗੱਲ ਰਹਿ ਗਈ ਹੁਣ ਕਾਨੂੰਨੀ ਕਾਰਵਾਈ ਜੋ ਕਾਨੂੰਨ ਕਰੂਗਾ ਸਾਨੂੰ ਉਹਦੇ ਤੇ ਹੀ ਸਟ੍ਰਿਕਟ ਰਹਿਣਾ ਚਾਹੀਦਾ ਹੈ ਕਿ ਅਸੀਂ ਕਾਨੂੰਨੀ ਕਾਰਵਾਈ ਹੀ ਕਰਵਾਈਏ ਤਾਂ ਕਿ ਅੱਗੇ ਨੂੰ ਕਿਉਂ ਪਿੱਛੇ ਜੇ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਜ਼ਿਕਰ ਹੋਇਆ ਸੀਗਾ ਕਿ ਕੁਰਾਨ ਦੀਆਂ ਆਇਤਾਂ ਤੇ ਜਿਹੜਾ ਸਾਡਾ ਕਲਮਾ ਲਾ ਇਲਾਹ ਇਲਾ ਇਲਾ ਮੁਹਮਮਦੁਰਸੂਲੱਲਾ ਉਹ ਲਿਖ ਕੇ ਨਾ ਕੁਝ ਅਖਬਾਰਾਂ ਵੱਲੋਂ ਕਾਰਟੂਨ ਛਾਪ ਕੇ ਉਹਦੇ ਤੇ ਪ੍ਰਿੰਟ ਕੀਤੇ ਗਏ ਸੀਗੇ ਤਾਂ ਉਹਦੇ ਤੇ ਵੀ ਅਸੀਂ ਆਬਜੈਕਸ਼ਨ ਕੀਤੀ ਸੀ ਤਾਂ ਅਸੀਂ ਲੈਟਰ ਜਦੋਂ ਸੀਐਮ ਹਾਊਸ ਭੇਜਿਆ ਤਾਂ ਸਾਨੂੰ ਬਕਾਇਦਾ ਵਾਪਸ ਲੈਟਰ ਆਇਆ ਔਰ ਸਾਰੇ মিডিਆ ਹਾਊਸ ਜਿਹੜੇ ਹੈਗੇ ਨੇ ਅਖਬਾਰ ਹੈਗੇ ਨੇ ਜਿਹੜੇ ਸਾਰਿਆਂ ਨੂੰ ਉਹਨਾਂ ਨੇ ਹਦਾਇਤਾਂ ਜਾਰੀ ਕੀਤੀਆਂ ਵੀ ਕੋਈ ਵੀ ਅ ਮੁਸਲਿਮ ਉਹਦੇ ਵਿੱਚੋਂ ਠੀਕ ਹੈ ਜਿਹੜੀਆਂ ਆਇਤਾਂ ਨੇ ਕੁਰਾਨ ਦੀਆਂ ਜਾਂ ਕੋਈ ਹੋਰ ਜਿਹੜੀ ਐਸੀ ਕੋਈ ਅਰੈਬਿਕ ਲੈਂਗੁਏਜ ਦੇ ਵਿੱਚ ਜਿਹੜੇ ਜਿਹਦੇ ਬਾਰੇ ਤੁਹਾਨੂੰ ਪਤਾ ਹੀ ਨਹੀਂ ਹੈ ਵੀ ਕੀ ਲਿਖਿਆ ਹੋਇਆ ਉਹ ਤੁਸੀਂ ਅਖਬਾਰਾਂ ਦੇ ਵਿੱਚ ਨਹੀਂ ਛਾਪਨੀਆ ਤਾਂ ਉਹ ਇਸ ਤਰੀਕੇ ਨਾਲ ਜਦੋਂ ਅਸੀਂ ਸਰਕਾਰ ਦੇ ਸਾਹਮਣੇ ਅਸੀਂ ਗੱਲ ਹੀ ਨਹੀਂ ਚੱਕਾਂਗੇ ਹੁਣ ਇਹਨਾਂ ਨੇ ਗੱਲ ਇੱਕ ਮੁੱਦਾ ਉਠਾਇਆ ਤਾਂ ਹੈ ਨਾ ਔਰ ਉਹ ਮੁੱਦੇ ਦੇ ਉੱਪਰ ਅਗਰ ਅਸੀਂ ਸਾਰੇ ਮਿਲ ਕੇ ਅਸੀਂ ਸਾਰਾ ਭਾਈਚਾਰਾ ਕਿਰ ਇਹਨਾਂ ਦਾ ਸਾਥ ਇਸ ਸਿਸਟਰ ਦਾ ਆਪਾਂ ਦਿੰਨੇ ਆ ਤਾਂ ਜ਼ਰੂਰ ਮੈਂ ਕਹੂੰਗਾ ਕਿ ਇਹਦੇ ਤੇ ਲਗਾਮ ਲੱਗੂਗੀ ਔਰ ਆਏ ਦਿਨ ਜਿਹੜਾ ਇਹ ਕਦੇ ਹੋਰ ਵੀ ਜਿਹੜੇ ਪੈਨ ਵੱਲੋਂ ਮੈਨੂੰ ਕੁਝ ਗਾਣੇ ਜਿਹਦੇ ਵਿੱਚ ਨਮਾਜ਼ ਦਾ ਜ਼ਿਕਰ ਕੀਤਾ ਗਿਆ ਆਜ਼ਾਨ ਦਾ ਜ਼ਿਕਰ ਕੀਤਾ ਗਿਆ ਕਬਰਾਂ ਦਾ ਜ਼ਿਕਰ ਕੀਤਾ ਗਿਆ ਅਜਿਹੇ ਵੀ ਕਈ ਗਾਣੇ ਕਈ ਹੈ ਜਿਹਹੇ ਸਿੰਗਰਾਂ ਵੱਲੋਂ ਇੱਥੇ ਗਾਏ ਜਾ ਰਹੇ ਨੇ ਆਏ ਦਿਨ ਇਹ ਟ੍ਰੈਂਡ ਵੱਧਦਾ ਹੀ ਜਾ ਰਿਹਾ ਹੈ ਮੁਸਲਿਮ ਨਾਮ ਦਾ ਜਿਹੜੇ ਜੀ ਜੀ ਤੇ ਫਿਰ ਫਰوقੀ ਸਾਹਿਬ ਤੁਸੀਂ ਜਿਹੜੇ ਇਸ ਵੇਲੇ ਸੰਘਰਸ਼ ਜਿਹੜਾ ਸਿੰਘੂ ਬਾਰਡਰ ਦੇ ਉੱਤੇ ਚੱਲ ਰਿਹਾ ਹੈ ਤੁਸੀਂ ਕਿਸਾਨ ਜਥੇਬੰਦੀਆਂ ਨਾਲ ਵੀ ਬਹੁਤ ਜ਼ਿਆਦਾ ਤਾਲਮੇਲ ਦੇ ਵਿੱਚ ਹੋ ਰਾਪਤੇ ਦੇ ਵਿੱਚੋਂ ਜੇਕਰ ਵੇਲੇ ਸਿਰ ਇਸ ਭੈਣ ਦੇ ਨਾਲ ਇਨਸਾਫ ਨਹੀਂ ਹੁੰਦਾ ਇਹਨਾਂ ਦੇ ਭਾਵਨਾਵਾਂ ਸਾਰੇ ਮੁਸਲਮਾਨ ਭਾਈਚਾਰੇ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਨੇ ਜਸਨੂਰੋਜ਼ ਭਾਵਨਾਵਾਂ ਦੀ ਜੇਕਰ ਵੇਲੇ ਸਿਰ ਕੋਈ ਐਕਸ਼ਨ ਪੁਲਿਸ ਪ੍ਰਸ਼ਾਸਨ ਵੱਲੋਂ ਨਹੀਂ ਲਿਆ ਜਾਂਦਾ ਕਿਸਾਨ ਜਥੇਬੰਦੀਆਂ ਦੀ ਮਦਦ ਲਈ ਜਾਏਗੀ ਸੰਘਰਸ਼ ਦੇ ਵਿੱਚ ਦੇਖੋ ਵੈਸੇ ਮੈਂ ਹੁਣ ਜਿਹੜੇ ਕਮੈਂਟਸ ਦੇਖ ਰਿਹਾ ਸੀਗਾ ਜਦੋਂ ਸਿਸਟਰ ਦੀਆਂ ਵੀਡੀਓਜ਼ ਦੇ ਨੀਚੇ ਇੱਕ ਤਾਂ ਕਈ ਜਿਹੜੇ ਉਹਨਾਂ ਦੇ ਫੈਨ ਹੋਣਗੇ ਕੋਈ ਸਿੰਗਰ ਅ디ਨੇ गाना लिखे है ता वो काफी यानी कि मनदीप शब्दावली इनਾਂ ਦੇ ਬਾਰੇ ਵਰਤ ਰਹੇ ਸੀਗਾ ਤਾਂ ਮੈਂ ਉਹਨਾਂ ਨੂੰ ਉਹਨਾਂ ਨੂੰ ਵੀ ਮੈਂ ਦੇਖੋ ਕਹਿਣਾ ਚਾਹੂੰਗਾ ਕਿ ਆਪਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਨਾਤੇ ਠੀਕ ਹੈ ਕਿਉਂਕਿ ਅਸੀਂ ਮੁ슬ਮਨ ਭਾਈਚਾਰੇ ਦੇ ਵਿੱਚੋਂ ਅਗਰ ਅਸੀਂ ਕਿਸੇ ਹੋਰ ਧਰਮ ਦੇ ਬਾਰੇ ਕੋਈ ਵੀ ਐਸਾ ਅਬਜੈਕਨੇਬਲ ਵਰਡ ਸਾਡੇ ਵਿੱਚੋਂ ਅਗਰ ਕੋਈ ਬੋਲਦਾ ਤਾਂ ਮੈਂ ਇਸ ਚੀਜ਼ ਦੀ ਹੋ ਕਰਦਾ ਕਿ ਸਾਡੇ ਭਾਈਚਾਰੇ ਚੋਂ ਕੋਈ ਉਹਦਾ ਬੰਦੇ ਦਾ ਸਾਥ ਨਹੀਂ ਦੇਊਗਾ ਠੀਕ ਹੈ ਬਲਕਿ ਉਹਨੂੰ ਸਜ਼ਾ ਦਿਲਾਈ ਜਾਊਗੀ ਜੀ ਜੀ Esse tríquete de um milho, assim... ਸਾਡੇ ਹੋਰ ਭਾਈਚਾਰਿਆਂ ਤੋਂ ਵੀ ਰੱਖਦੇ ਆ ਕਿ ਅਗਰ ਕਿਸੇ ਬੰਦੇ ਨੇ ਕੋਈ ਗਲਤੀ ਕੀਤੀ ਹੈ ਤਾਂ ਉਹਦਾ ਬਿਨਾ ਦੇਖਿਆ ਜਾਂ ਉਹਦੀ ਫੈਨ ਫਾਲੋਇੰਗ ਨੂੰ ਦੇਖਦੇ ਹੋਏ ਜਾਂ ਉਹਦਾ ਜਿਹੜਾ ਰੁਤਬਾ ਹੈ ਦੁਨੀਆ ਦੇ ਵਿੱਚ ਉਹਨੂੰ ਦੇਖਦੇ ਹੋਏ ਉਹਨੂੰ ਸਪੋਰਟ ਨਾ ਕਰੋ ਗਲਤ ਨੂੰ ਸਪੋਰਟ ਨਾ ਕਰੋ ਅਗਰ ਉਹਨੇ ਕੋਈ ਗਲਤੀ ਕੀਤੀ ਹੈ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੁਸੀਂ ਵੀ ਬਲਕਿ ਸਾਡੇ ਨਾਲ ਖੜੋ ਅਗਰ ਕਿਤੇ ਵੀ ਜਾਣਾ ਪਏ ਯਾਨੀ ਕਿ ਕਿਸਾਨ ਜੱਥੇ ਬੰਦੀਆਂ ਵੀ ਔਰ ਸਾਡੇ ਭਾਈਚਾਰੇ ਦੇ ਵਿੱਚ ਵੀ ਹੋਰ ਜੱਥੇ ਬੰਦੀਆਂ ਜਿਹੜੀਆਂ ਧਾਰਮਿਕ ਤੇ ਸਮਾਜਿਕ ਜੱਥੇ ਬੰਦੀਆਂ ਨੇ ਉਹਨਾਂ ਕੋਲ ਵੀ ਜਾਣਾ ਪਿਆ ਤਾਂ ਅਸੀਂ ਕਿਤੇ ਵੀ ਉਹਨਾਂ ਦਾ ਸਾਥ ਲੈਣ ਵਾਸਤੇ ਉਹਨਾਂ ਨੂੰ ਮਿਲਾਂਗੇ ਔਰ ਇਹ ਕਾਰਵਾਈ ਕਰਵਾਵਾਂਗੇ ਤਾਂ ਕਿ نصیحت ਹੋਵੇ ਜਿਹੜਾ ਕਾਨੂੰਨ ਬੰਦਾ ਹੈ ਨਾ ਕਾਨੂੰਨ ਕੋਈ ਸਜ਼ਾ ਦਾ ਪ੍ਰਾਵਧਾਨ ਹੁੰਦਾ ਉਹ نصیحت ਵਾਸਤੇ ਹੁੰਦਾ ਹੈ ਕਿ ਤਾਂ ਕਿ ਦੂਸਰੇ ਉਸ ਚੀਜ਼ ਨੂੰ ਦੇਖ ਕੇ ਉਹ ਉਹਦੇ ਤੋਂ ਇਬਰਤ ਹਾਸਲ ਕਰ ਲੈ ਉਹਨਾਂ ਨੂੰ ਦੁਬਾਰਾ ਉਹ ਗੁਨਾਹ ਨਾ ਕਰਨ ਉਹ ਇਸੇ ਤਰੀਕੇ ਨਾਲ ਅਗਰ ਅਸੀਂ ਇਹਦੇ ਤੇ ਕਾਰਵਾਈ ਕਰਵਾਉਣ ਦੇ ਵਿੱਚ ਅਸੀਂ ਕਾਮਯਾਬ ਹੁੰਨੇ ਆ ਤਾਂ ਮੈਨੂੰ ਨਹੀਂ ਲੱਗਦਾ ਹੈਗਾ ਦੁਬਾਰਾ ਕੋਈ ਬੰਦਾ ਕੋਈ ਜੁਰਤ ਕਰੂਗਾ ਕੋਈ ਹਿੰਮਤ ਕਰੂਗਾ ਇਸ ਤਰੀਕੇ ਨਾਲ ਦੂਸਰੇ ਦੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਤੇ ਜਸਨੂਰ ਜਾਨੇ ਜਾਨੇ ਤੁਹਾਡੇ ਕੋਲ ਇੱਕ ਸਵਾਲ ਹੈ ਜੋ ਤੁਹਾਡੀ ਇੰਟਰਵਿਊ ਚੱਲੀ ਹੈਗੀ ਐ ਅਸੀਂ ਵੀ ਤੁਹਾਡੀ ਸਟੋਰੀ ਚਲਾਈ ਹੈ ਲੋਕ ਤੁਹਾਨੂੰ ਕਹਿ ਰਹੇ ਨੇ ਕਿ ਜੀ ਇਹ ਤਾਂ ਫੋਕੀ ਸ਼ੌਹਰਤ ਵਾਸਤੇ ਸਭ ਕੁਝ ਜਸਨੂਰ ਕਰਨ ਲੱਗੀ ਹੋਈ ਹੈ ਤੇ ਬੜੇ ਭੱਦੇ ਭੱਦੇ ਕਮੈਂਟ ਨੇ ਉਹਨਾਂ ਲੋਕਾਂ ਨੂੰ ਕੀ ਜਵਾਬ ਦੇਵੋਗੇ ਉਹਨਾਂ ਲੋਕਾਂ ਨੂੰ ਮੈਂ ਇਹੀ ਕਹਿਣੀ ਆ ਕਿ ਜਿਹੜੀ ਸ਼ੌਹਰਤ ਤੁਸੀਂ ਮੈਨੂੰ ਦੇਣੀ ਆ ਤੁਸੀਂ ਪੈਸੇ ਲੈ ਕੇ ਬੈਠੇ ਹੋ ਮੈਨੂੰ ਨਹੀਂ ਚਾਹੀਦੇ ਉਹ ਮੈਨੂੰ ਨਾ ਦਿਓ ਮੈਂ ਤਾਂ ਕਹਿਣਾ ਨਹੀਂ ਚਾਹੀਦਾ ਹਨਾ ਕੁਦਾ ਮਾਫੀ ਦਵੇ ਉਹਨਾਂ ਦਾ ਹੀ ਦਿੱਤਾ ਸਾਰਾ ਕੁਝ ਆ ਪਰ ਮੈਂ ਇੱਕ ਬਹੁਤ ਨਾਰਮਲ ਜੀ ਫੈਮਿਲੀ ਚੋਂ ਆ ਨਾ ਜਿੰਨਾ ਵੀ ਮੇਰੇ ਹਸਬੰਦ ਥੋੜਾ ਬਹੁਤਾ ਕਮਾਉਂਦੇ ਆ ਉਹੀ ਪੈਸੇ ਦੇ ਵਿੱਚੋਂ ਮੈਂ ਇਹ ਜਿਹੜਾ ਸੰਘਰਸ਼ ਮੈਂ ਚੱਕਿਆ ਆਪਣੇ ਸਿਰ ਤੇ ਬੀੜਾ ਚੱਕਿਆ ਮੈਂ ਉਹਦੇ ਤੇ ਜਿੰਨਾ ਕੁ ਵੀ ਮੈਨੂੰ ਘੁੰਮਣਾ ਫਿਰਨਾ ਪਿਆ ਕੋਈ ਕਾਨਫਰੰਸ ਰੱਖਣੀ ਪਈ ਜਾਂ ਕੁਝ ਮੈਂ ਆਪਣੇ ਕੋਲੋਂ ਖਰਚ ਕੀਤਾ ਮੈਨੂੰ ਕਿਸੇ ਜਿਹੜੇ ਤੁਹਾਡੇ بڑے بڑے ਸਿੰਗਰਾਂ ਨੂੰ ਤੁਸੀਂ ਸਟੇਜਾਂ ਤੇ ਲੈ ਕੇ ਫਿਰਦੇ ਹੋ ਨੱਚਦੇ ਫਿਰਦੇ ਨੇ ਤੁਹਾਡੇ ਸਾਹਮਣੇ ਤੁਸੀਂ ਉਹਨਾਂ ਨੂੰ ਸਪੋਰਟ ਵੀ ਕਰਦੇ ਆ ਮੈਨੂੰ ਕਿਸੇ ਨੇ ਨਹੀਂ ਸਪੋਰਟ ਕੀਤਾ ਤੁਸੀਂ ਮੈਨੂੰ ਕਹਿ ਰਹੇ ਹੋ ਤੂੰ ਗੁਰਦਾਸ ਮਾਨ ਦੀ ਚੇਲੀ ਆ ਗੁਰਦਾਸ ਮਾਨ ਸਾਹਿਬ ਦੀ ਮੈਨੂੰ ਚੇਲੀ ਕਹਿ ਰਹੇ ਨੇ ਲੋਕ ਕਿ ਤੂੰ ਉਹਦੀ ਚੇਲੀ ਆ ਉਹਨੂੰ ਸਜ਼ਾ ਹੋ ਰਹੀ ਹੈ ਤਾਂ ਤੂੰ ਐਮੀ ਵਰਕ ਨੂੰ ਕਰਾ ਰਹੀ ਆ ਫਿਰ ਜਦੋਂ ਤੁਸੀਂ ਗੁਰਦਾਸ ਮਾਨ ਸਾਹਿਬ ਦੀ ਤੁਹਾਨੂੰ ਗੱਲ ਦਿਖ ਗਈ ਕਿ ਉਹਨਾਂ ਨੇ ਗਲਤ ਕੀਤਾ ਸੀ ਵੀ ਕਹਿੰਦੇ ਆ ਗਲਤ ਕੀਤਾ ਫਿਰ ਐਮੀ ਵਰਕ ਦੀ ਗੱਲ ਕਿਉਂ ਲਕੋ ਰਹੇ ਹੋ ਉਹ ਵੀ ਉਹਨੇ ਵੀ ਗਲਤ ਕੀਤਾ ਆਪਾਂ ਜਦੋਂ ਵੀ ਕੋਈ ইরਾਨੀ ਫਿਲਮ ਦੇਖੋ ਜਾਂ ਕੋਈ ਆਪਣੀ ਇਸਲਾਮੀ ਕੋਈ ਸਟੋਰੀ ਚੱਲਦੀ ਆ ਉਹਦੇ ਤੇ ਦੇਖੋ ਕਦੇ ਆਪਣੇ ਪਗੰਬਰਾਂ ਦਾ ਚਿਹਰਾ ਦਿਖਾਇਆ ਗਿਆ ਜਾਂ ਸਿੱਖ ਧਰਮਾਂ ਦੇ ਕੋਈ ਪਗੰਬਰ ਦਾ ਕਿਸੇ ਦਾ ਚਿਹਰਾ ਦਿਖਾਇਆ ਗਿਆ ਨਹੀਂ ਦਿਖਾਇਆ ਗਿਆ ਫਿਰ ਅਸੀਂ ਕਿਵੇਂ ਮੰਨ ਲਈਏ ਕਿ ਐਮੀ ਵਰਗ ਸਾਡੇ ਰਸੂਲ ਦੇ ਨਾਮ ਤੇ ਪਰਫਾਰਮ ਕਰਦਾ ਫਿਰ ਕੁਝ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਜਸਨੂਰ ਹੈ ਜਿਹੜਾ ਉਹ ਪੈਸਾ ਲਏਗੀ ਤੇ ਚੁੱਪ ਕਰਕੇ ਬੈਠ ਜਾਏਗੀ ਮੇਰੇ ਕੋਲ ਆ ਮੋਬਾਈਲ ਆ ਪ੍ਰੈਸ ਦੇ ਸਾਹਮਣੇ ਆ ਇਹਦੇ ਵਿੱਚ ਰਿਕਾਰਡਿੰਗਾਂ ਪਈਆਂ ਨੇ ਦੋ ਤਿੰਨ ਜਾਣਿਆਂ ਦੀਆਂ ਰਿਕਾਰਡਿੰਗਾਂ ਨੇ ਮੈਨੂੰ ਪੈਸੇ ਦੀ ਮੈਨੂੰ ਲਾਲਚ ਦਿੱਤਾ ਗਿਆ ਆ ਪੈਸੇ ਦਾ ਲਾਲਚ ਦਿੱਤਾ ਗਿਆ ਤੇ ਮੈਂ ਸਾਫ਼ ਮਨਾਂ ਕਰਤਾ ਮੈਂ ਕਿਹਾ ਜੀ ਤੁਸੀਂ ਗਲਤੀ ਮੰਨਣੀ ਆ ਪੂਰੀ عوام ਚ ਆਜੋ ਮੇਲਕੋਟਲਾ ਚ ਆਜੋ ਤੁਸੀਂ ਸਾਡੇ ਜਿੰਨੇ ਵੀ ਸਾਡੇ ਧਾਰਮਿਕ ਆਗੂ ਨੇ ਸਾਡੇ ਮੇਨ ਨੇ ਹਨਾ ਜਿਨ੍ਹਾਂ ਨੂੰ ਪੂਰੀ ਸਾਡੀ ਕੁਰਾਨ ਦੇ ਬਾਰੇ ਵੀ ਨੋਲੇਜ ਨੇ ਸਾਡੇ ਹਾਜੀ ਸਾਹਿਬ ਨੇ ਹਨਾ ਉਹਨਾਂ ਦੇ ਤੁਸੀਂ ਸਾਹਮਣੇ ਆਓ ਆ ਕੇ ਤੁਸੀਂ ਦੋ ਚਾਰ ਗੱਲਾਂ ਦਾ ਜਵਾਬ ਦੇ ਦਿਓ ਉਹਨਾਂ ਨੂੰ ਦੋ ਚਾਰ ਗੱਲਾਂ ਅਸੀਂ ਲਿਖਾਂਗੇ ਉਦੋਂ ਤੱਕ ਮੈਂ ਕਹਿ ਰਹੀ ਸੀ ਕਿ ਉਹਨਾਂ ਦੇ ਸਾਹਮਣੇ ਆ ਕੇ ਮਾਫੀ ਮੰਗ ਲਓ ਚਲੋ ਕੋਈ ਗੱਲ ਨਹੀਂ ਹਨ ਫਿਰ ਸੋਚਾਂਗੇ ਵੀ ਮਾਫ ਹੋ ਵੀ ਜਾਊਗਾ ਸਾਰਾ ਕੁਝ ਕਿਹੜੀ ਚੀਜ਼ ਨਹੀਂ ਪੋਸੀਬਲ ਹਨ ਜਦੋਂ ਬੰਦਾ ਪਿਆਰ ਨਾਲ ਹੁੰਦਾ ਆ ਤੇ ਪਰ ਜਦੋਂ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਤੂੰ ਕੱਲੀ ਆ ਜਾ ਜੇ ਆਉਣਾ ਨਹੀਂ ਤਾਂ ਅਸੀਂ ਤੁਹਾਡੇ ਸਮਾਜ ਦੇ ਵਿੱਚ ਨਹੀਂ ਅਸੀਂ ਆਉਣਾ ਤੂੰ ਕੱਲੀ ਆ ਕੇ ਕਰ ਲੈ ਜਿਹੜੀ ਗੱਲ ਸਾਡੇ ਨਾਲ ਕਰਨੇ ਜੇ ਤੈਨੂੰ ਕੁਝ ਚਾਹੀਦਾ ਸੀ ਦੇ ਦਿੰਨੇ ਆ ਅੱਛਾ ਮੇਰੇ ਕੋਲ ਰਿਕਾਰਡਿੰਗਾਂ ਪਈਆਂ ਤੁਸੀਂ ਸੁਣ ਸਕਦੇ ਹੋ ਕਿਹਨ ਸੀ ਉਹ ਜਿਹੜੇ ਤੁਹਾਨੂੰ ਲੱਗਦਾ ਕਿ ਧਾਰਮਿਕ ਭਾਵਨਾਵਾਂ ਦੀ ਜਿਹੜੀ ਪੂਰਤੀ ਹੈ ਪੈਸੇ ਨਾਲ ਕੀਤੀ ਜਾ ਸਕਦੀ ਹੈ ਐਮੀ ਵਰਕ ਦੀ ਫਿਲਮ ਦੀ ਟੀਮ ਆ ਡਾਇਰੈਕਟਰ ਆ ਉਹਨਾਂ ਦੇ ਉਹਨਾਂ ਨੇ ਖੁਦ ਮੈਨੂੰ ਕਿਹਾ ਤੇਰੀ ਤੀਜੀ ਡਿਮਾਂਡ ਹੈਗੀ ਆ ਕੋਈ ਆ ਕੇ ਸਾਨੂੰ ਦੱਸ ਦੇ ਅਸੀਂ ਪੂਰੀ ਕਰ ਦਨੇ ਆ ਫਿਰ ਮੈਂ ਉਹਨਾਂ ਨਾਮ ਲਈ ਦਿੰਨੀ ਆ ਸਾਡੇ ਇੱਕ ਹੈਗੇ ਨੇ ਅਮਰ ਆਡੀਓ ਦੇ ਓਨਰ ਨੇ ਉਹਨਾਂ ਨੇ ਮੈਨੂੰ ਕਿਹਾ ਤੂੰ ਕੱਲੀ ਆ ਜਾ ਆਪਣੇ ਕਿਸੇ ਸਮਾਜ ਦੇ ਨੂੰ ਨਾਲ ਲੈ ਕੇ ਆ ਇਹ ਗੱਲ ਦੀ ਪਬਲੀ ਪਬਲਿਕ ਦੇ ਵਿੱਚ ਇਹ ਗੱਲ ਨਾ ਖੋਲ ਤੂੰ ਜੋ ਚਾਹਨੀ ਆ ਸਾਨੂੰ ਕੱਲੀ ਆ ਕੇ ਦੱਸ ਦੇ ਅਸੀਂ ਉਹ ਕਰ ਲੈਨੇ। ਮਤਲਬ ਉਹਨਾਂ ਨੂੰ ਗਲਤੀ ਦਾ ਅਹਿਸਾਸ ਹੈ ਪਰ ਮੰਨਣ ਨੂੰ ਤਿਆਰ ਨਹੀਂ। ਟੀਟ ਨੇ ਜਾਣਬੁੱਝ ਕੇ ਸੁੱਤੇ ਪਏ ਨੇ। ਇੱਕ ਤਾਂ ਸੁੱਤਾ ਬੰਦਾ ਹੁੰਦਾ ਉਹਨੂੰ ਤਾਂ ਉਠਾ ਸਕਦੇ ਜਿਹੜਾ ਜਾਣਬੁੱਝ ਕੇ ਸੁੱਤਾ ਪਿਆ ਹੋਵੇ ਮੈਨੂੰ ਲੱਗਦਾ ਉਹਨੂੰ ਉਠਾਉਣਾ ਮੁਸ਼ਕਲ ਹੁੰਦਾ। ਜਾਣਬੁੱਝ ਕੇ ਸੁੱਤਾ ਨਹੀਂ ਪਿਆ ਮਰ ਗਏ ਨੇ। ਸੁੱਤੇ ਨਹੀਂ ਪਏ ਇਹ ਮਰਗੇ ਨੇ ਇਹਨਾਂ ਦੀਆਂ ਜਮੀਰਾਂ ਮਰ ਗਈਆਂ ਨੇ ਜਦੋਂ ਸਿੱਖ ਧਰਮ ਤੇ ਇਹ ਸਿੱਖ ਧਰਮ ਤੋਂ ਜਿਹੇ ਬਿਲੋਂਗ ਕਰਦੇ ਨੇ ਤਾਂ ਆਪਣੇ ਪਗੰਬਰਾਂ ਦੀ ਤੋਹਫੀਨ ਕਰਾ ਸਕਦੇ ਆ ਨਹੀਂ ਕਰਾ ਸਕਦੇ ਅਸੀਂ ਵੀ ਨਹੀਂ ਕਰ ਸਕਦੇ ਸਾਡੇ ਵਾਸਤੇ ਸਾਰੇ ਧਰਮ ਸਤਕਾਰਯੋਗ ਨੇ ਫਿਰ ਤੁਸੀਂ ਇਹ ਦੇਖੋ ਕਿ ਪੈਸੇ ਨਾਲ ਤੁਲਨਾ ਕਿਉਂ ਕਰ ਰਹੇ ਨੇ ਕਿ ਜਿਹੜਾ ਸਾਡਾ ਬਿਜ਼ਨਸ ਆ ਬਾਲੀਵੁੱਡ ਤੱਕ ਗਿਆ ਹੋਇਆ ਵੀ ਪ੍ਰਾਗ ਦੇ ਸੌਂਗ ਤੁਸੀਂ ਸੁਣਦੇ ਆ ਜਾਨੀ ਦੇ ਸੌਂਗ ਤੁਸੀਂ ਸੁਣਦੇ ਆ ਐਮੀ ਵਿਰਕ ਨੂੰ ਅੱਜ ਕੱਲ ਤੁਸੀਂ ਬਾਲੀਵੁੱਡ ਲਾਈਨ ਦੇ ਵਿੱਚ ਦੇਖ ਰਹੇ ਆ ਹਨਾ ਫਿਰ ਜੇ ਪਤਾ ਲੱਗ ਗਿਆ ਵੀ ਇਹ ਤਾਂ ਅੰਦਰੋਂ ਖੋਖਲੇ ਨੇ ਇਹਨਾਂ ਨੂੰ ਤਾਂ ਪਤਾ ਹੀ ਕੱਖ ਨਹੀਂ ਕੀ ਹੁੰਦੀਆਂ ਨੇ ਕਿਸੇ ਦੀਆਂ ਫੀਲਿੰਗਸ ਕੀ ਹੁੰਦੀਆਂ ਨੇ ਇਹ ਸ਼ਬਦਾਂ ਦੇ ਮਤਲਬ ਕੀ ਹੁੰਦੇ ਨੇ ਇਹਨਾਂ ਨੂੰ ਕਿੱਥੇ ਵਰਤੇ ਆ ਜਾਣਾ ਇਹ ਤਾਂ ਅੰਦਰੋਂ ਖੋਖਲੇ ਨੇ ਤਾਂ ਬਾਲੀਵੁੱਡ ਚੋਂ ਤਾਂ ਇਹਨਾਂ ਨੂੰ ਕਿਸੇ ਨੇ ਪੁੱਛਣਾ ਹੀ ਨਹੀਂ ਹੂੰ ਕੌਣ ਪੁੱਛੂਗਾ ਇਦਾਂ ਦੇ ਰਾਈਟਰ ਨੂੰ ਜਿਹੜਾ ਬੰਦਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਪੜਕਾਉਂਦਾ ਪਿਆ ਆ ਹਨਾ ਕਿਸੇ ਦੇ ਧਾਰਮਿਕ ਗੁਰੂਆਂ ਨੂੰ ਜਾਂ ਕਿਸੇ ਦੇ ਪੀਰ ਪਗੰਬਰਾਂ ਨੂੰ ਉਹਨਾਂ ਨੂੰ ਤੋਹੀਨ ਕਰ ਰਿਹਾ ਉਹਨਾਂ ਦੀ ਕੌਣ ਪੁੱਛੂਗਾ ਜੀ ਜੀ ਤੇ ਜਿਸ ਨੂੰ ਫਿਰ ਆਖਰ ਦੇ ਵਿੱਚ ਤੁਸੀਂ ਜਿਹੜੇ ਲੋਕ ਨੇ ਇਸ ਮਸਲੇ ਦੇ ਉੱਤੇ ਬਹੁਤ ਹੀ ਜ਼ਿਆਦਾ ਅਵੇਅਰ ਨਹੀਂ ਹੈਗੇ ਜਾਂ ਤੁਹਾਡਾ ਸਾਥ ਦੇਣ ਦੀ ਹਜੇ ਸੋਚ ਰਹੇ ਨੇ ਉਹਨਾਂ ਲੋਕਾਂ ਨੂੰ ਕੀ ਕਹੋਗੇ ਉਹਨਾਂ ਲੋਕਾਂ ਨੂੰ ਮੈਂ ਇਹੀ ਕਹਿਨੀ ਆ ਪਹਿਲਾਂ ਕਈ ਲੋਕਾਂ ਦੀਆਂ ਮੈਂ ਮਿੰਨਤਾਂ ਵੀ ਕੀਤੀ ਤੁਸੀਂ ਸਮਝ ਗਏ ਹੋਵੋਗੇ ਕਿ ਮੈਂ ਕਿਸ ਕੰਟੈਕਸਟ ਦੇ ਵਿੱਚ ਸਾਰੀ ਗੱਲ ਕਰ ਰਹੀ ਹਾਂ ਹਾਂ ਬਿਲਕੁਲ ਮੈਂ ਇਹੀ ਕਹਿਨੀ ਆ ਫਿਰ ਜਾ ਤਾਂ ਫਿਰ ਭਾਈਚਾਰਾ ਛੱਡ ਦੋ ਮੁਸਲਿਮ ਕਿਉਂਕਿ ਜਿਹੜੇ ਰਸੂਲ ਦੀ ਉਮਮਤ ਆ ਉਹਦਾ ਤਾਂ ਉਹਦਾ ਤਾਂ ਨਾਮਸ਼ਾਨ ਹੀ ਨਹੀਂ ਕੋਈ ਹੂੰ ਹੂੰ ਉਹਦੇ ਬਾਰੇ ਤਾਂ ਬੋਲ ਹੀ ਨਹੀਂ ਰਹੇ ਜੇ ਨਹੀਂ ਬੋਲਣਾ ਫਿਰ ਕਹਿ ਦੋ ਨਾ ਕਿ ਅਸੀਂ ਛੱਡ ਰਹੇ ਹਾਂ ਮੁਸਲਿਮ ਕੈਟਾਗਰੀ ਛੱਡ ਕੇ ਜੋ ਦੋਨਾਂ ਅਪਣਾਉਣ ਨੂੰ ਜੀ ਕਰਦਾ ਅਸੀਂ ਨਹੀਂ ਕਹਿੰਦੇ ਉਹ ਅਪਣਾ ਲਓ ਪਰ ਜਦੋਂ ਤੁਸੀਂ ਆਪਣੇ ਧਾਰਮਿਕ ਪਗੰਬਰਾਂ ਬਾਰੇ ਇੰਨੀ ਕੁਝ ਬੋਲ ਸਕਦੇ ਤੁਹਾਡੀ ਉੱਥੇ ਜ਼ਮੀਰ ਖਤਮ ਹੋ ਗਈ ਸਿਰਫ ਇੱਕ ਪੈਸਿਆਂ ਕਰਕੇ ਕੰਮ ਕਰਕੇ ਫਿਰ ਤੁਹਾਡਾ ਉਮਮਤ ਚ ਪੈਦਾ ਹੋਣ ਦਾ ਫਾਇਦਾ ਕੀ ਹੈ ਜੀ ਜਸਨੂਰ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਇਹ ਸਨ ਜਸਨੂਰ ਜਿਨ੍ਹਾਂ ਨੇ ਕਿ ਹੈ ਕਿ ਉਹਨਾਂ ਦੇ ਭਾਵ ਜਿਹੜੇ ਧਾਰਮਿਕ ਭਾਵਨਾਵਾਂ ਨੇ ਉਹ ਆहत ਹੋਈਆਂ ਨੇ, ਪੜਕੀਆਂ ਨੇ ਉਸ ਤੋਂ ਬਾਅਦ ਉਹਨਾਂ ਨੇ ਹੁਣ ਇਨਸਾਫ ਦੀ ਗੁਹਾਰ ਲਗਾਈ ਹੈ। ਅੱਜ ਮੁ슬림 ਫੈਡਰੇਸ਼ਨ ਆਫ ਪੰਜਾਬ ਦੇ ਜਿਹੜੇ ਪ੍ਰਧਾਨ ਹੈਗੇ ਮੁਵੀਨ ਫਾਰੂਕੀ ਹੋਰਾ ਨਾਲ ਉਹਨਾਂ ਦੀ ਗੱਲਬਾਤ ਹੋਈ ਹੈ ਔਰ ਮੁਵੀਨ ਫਾਰੂਕੀ ਹੋਰਾ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ-ਜਿੱਥੇ ਵੀ ਕੋਈ ਕਾਨੂੰਨੀ ਤੌਰ ਤੇ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਹੈਲਪ ਦੀ ਕੋਈ ਸਹਾਇਤਾ ਦੀ ਜ਼ਰੂਰਤ ਪਏਗੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਬਾਖੂਬੀ ਜਿਹੜਾ ਸਾਥ ਹੈ ਉਹ ਨਿਭਾਇਆ ਜਾਏਗਾ। ਕਾਸੀ ਫਾਰੂਕੀ ਹਕੀਕਤ ਟੀਵੀ ਪੰਜਾਬੀ ਮਲੇਰ ਕੋਟਲਾ